ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੀਡੀਸੀ ਸ਼ੋਕੇਸ ਤੇ ਇਹ ਹੈ ਜੀ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦਾ ਬਿਗੇਸਟ ਦਾ ਨੰਬਰ 1 ਚੈਟ ਸ਼ੋ, ਨਾਮ ਹੈ ਜਿਸ ਦਾ ਪੀਡੀਸੀ ਸ਼ੋਕੇਸ। ਸਤਿ ਸ਼੍ਰੀ ਅਕਾਲ ਜੀ, ਮੈਂ ਹੈ ਕਮਾਈ ਨਹੀਂ। ਵੈਸੇ ਯਾਰਾ ਵੇ, ਕਹਾਣੀ ਹੈ ਪਿਆਰ ਦੀ, ਕਹਾਣੀ ਹੈ ਹਿੰਦੂ ਪਾਕਿਸਤਾਨ ਦੀ, ਕਹਾਣੀ ਹੈ ਜਜ਼ਬਾਤਾਂ ਦੀ, ਕਾਮੇਡੀ ਰੋਮਾਂਸ ਡਰਾਮਾ ਤੇ ਉਸਦੇ ਨਾਲ ਕਮਾਲ ਦੀ ਸਟਾਰ ਕਾਸਟ ਜੀ। ਬਿਲਕੁਲ ਮੇਰੇ ਨਾਲ ਨੇ ਵੈਰੀ ਟੈਲੈਂਟਡ ਗਾਇਕ ਐਂਡ ਨਾਇਕ ਗਗਨ ਕੋਕਰੀ ਜੀ, ਤੇ ਉਹ ਜਿਹਨਾਂ ਦੀ ਇੱਕ ਸਮਾਈਲ ਤੇ ਹਰਦੇ ਨੇ ਹਜ਼ਾਰਾਂ ਗੱਭਰੂਆਂ ਦੇ ਦਿਲ ਜੀ। ਬਿਲਕੁਲ ਮੋਨਿਕਾ ਗਿੱਲ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਪੀਟੀਸੀ ਸ਼ੋਕੇਸ ਦੇ ਵਿੱਚ ਅੱਜ ਤਾਂ ਤੁਸੀਂ ਪੂਰਾ ਕੈਰਟ ਆਇਆ ਹੋਇਆ। Thank you, you as well, and thank you so much for the beautiful introduction. Thank you. ਤੇ ਮੈਨੂੰ ਇਦਾਂ ਲੱਗ ਰਿਹਾ ਤੁਸੀਂ ਖਰੇ ਬਾਲੀਵੁੱਡ ਦੇ ਰੈੱਡ ਕਾਰਪੈਟ ਤੇ ਜਾ ਰਹੇ ਸੀ ਤੇ ਇਧਰੋਂ ਮੋੜ ਆਏ ਕਿ ਚਲੋ ਜਾਂਦੇ ਜਾਂਦੇ ਫਿਲਮ ਦੀ ਪ੍ਰਮੋਸ਼ਨ ਕਰ ਜਾਂਦੀ ਆ। ਚਲੋ ਜੀ, ਹੈ ਨਾ, ਮੈਂ ਲੱਗਦਾ ਇਸ ਤੋਂ ਬਾਅਦ ਤੁਸੀਂ ਬਾਲੀਵੁੱਡ ਐਂਟਰੀ ਮਾਰਨ ਵਾਲੇ ਹੋ। ਤੁਸੀਂ ਇੰਨਾ ਟਾਈਮ ਦੇ ਬਾਅਦ ਆਏ ਹੋ, ਤੁਹਾਨੂੰ ਕਿੰਨਾ ਮਿਸ ਕੀਤਾ ਅੰਦਾਜ਼ਾ ਹੈ? Actually, Umeed, I had wanted to come sooner. I had Pultan, which was my second Hindi film. ਉਹ ਪਿਛਲੇ ਸਾਲ ਆਈ ਸੀ ਅਤੇ ਕੋਸ਼ਿਸ਼ ਕੀਤੀ ਸੀ ਵੀ ਇੱਕ ਪੰਜਾਬੀ ਫਿਲਮ ਆਵੇ, ਪਰ ਉਹ ਰਿਲੀਜ਼ ਨਹੀਂ ਸੀ ਹੋਈ। ਸੋ ਦੈਨ ਵੀ ਕੇਮ ਦ ਸ਼ੇਅਰ। ਵੈਲ ਵੈਲਕਮ, ਥੈਂਕ ਯੂ, ਵੈਰੀ ਨਾਈਸ ਟੂ ਬੀ ਹੇਅਰ। ਅਤੇ ਤੁਸੀਂ ਪਹਿਲੀ ਫਿਲਮ 'ਚ ਕੁੜੀ ਨੂੰ ਫੋਲੋ ਕਰ ਰਹੇ ਸੀ, ਦੂਜੀ 'ਚ ਵੀ ਸੇਮ, ਕੀ ਗੱਲ? ਪਿਆਰ ਦਾ ਲੱਟੂ ਤੁਹਾਡਾ ਜਲ ਨਹੀਂ ਰਿਹਾ ਪ੍ਰੋਪਰ? ਨਹੀਂ, ਅਸਲ 'ਚ ਗੱਲ ਇਹ ਆ ਵੀ ਹੁਣ ਪਿਆਰ ਦੀ ਗੱਲ ਹੈ ਜੀ, ਪਹਿਲੀ 'ਚ ਵੀ ਮੈਂ ਪਾ ਲਈ ਸੀ ਅਤੇ ਦੂਜੀ ਹਜੇ ਦੇਖਣੀ ਆ। ਦੂਜੀ ਹਜੇ ਦੇਖਣੀ ਪੈਣੀ ਹੈ, 5 ਅਪ੍ਰੈਲ ਨੂੰ ਪਤਾ ਲੱਗੂਗਾ। ਪਰ ਬੜਾ ਐਂਡ ਅਬਾਊਟ ਹਰ, ਇਹਨੂੰ ਤਾਂ ਵਿਆਹ ਵਰਗਾ ਚਾਇਆ, ਦੇਖੋ ਤੁਹਾਨੂੰ ਦੇਖ ਕੇ ਲੱਗਦਾ, ਤੁਸੀਂ ਕਿਹਾ ਸੀ ਨਾ ਵੀ ਹਾਂ ਵੀ ਪੂਰਾ ਚਾਇਆ, ਸੱਚੀ ਇੰਨਾ ਪਿਆਰ ਕਰਨ ਵਾਲਾ ਮਿਲ ਗਿਆ, ਮੈਨੂੰ ਲੱਗਦਾ ਇਹ ਰੀਜ਼ਨ ਹੈ ਪ੍ਰੋਮੋਸ਼ਨਾਂ ਦਾ, ਵਿਆਹ ਵਰਗਾ ਚਾਇਆ। ਹੀ ਹੀ ਲਾਈਕਸ ਟੂ, ਇਹਨਾਂ ਨੂੰ ਇਹ ਹੁੰਦਾ ਵੀ ਚਲੋ ਜੋ ਕੋ ਹੱਥ ਆਇਆ ਉਹ ਹੀ ਚੱਕ ਕੇ ਪਾ ਲਓ, ਸਵੇਰੇ ਜਿਮ ਜਾ ਉੱਥੇ ਸ਼ਾਵਰ ਲੈ ਲਓ ਤੇ ਚੇਂਜ ਕਰਕੇ ਆ ਜਾਓ, ਚਲੋ ਜੀ ਪ੍ਰੋਮੋਸ਼ਨਾਂ ਤੇ। ਤੇ ਮੈਨੂੰ ਲੱਗਦਾ ਥੋੜਾ ਜਿਹਾ ਤਾਂ ਬੰਦਾ ਤਿਆਰ ਹੋਣਾ ਚਾਹੀਦਾ। ਨਾਲੇ ਕੁੜੀਆਂ ਦਾ ਨਹੀਂ ਇੱਦਾਂ ਸਰਦਾ ਫਿਲਮ ਦੇ ਵਿੱਚ, ਉਹ ਦੇਖੋ ਇੱਕ ਪੀਰੀਓਡਿਕ ਫਿਲਮ ਕਰ ਰਹੇ ਨੇ, ਠੀਕ ਹੈ, ਇੰਨੇ ਸਿੰਪਲ ਦੇਸੀ ਸੂਟ ਤੇ ਹੁਣ ਵੀ ਨਾ ਗਲੈਮਰ ਕੈਰੀ ਕਰਨ, ਉਹ ਜ਼ਰੂਰ ਕਰੋ ਜੀ, ਆਪਾਂ ਕਦੇ ਰੁਕੇ ਨਹੀਂ। ਤਾਂ ਤੁਸੀਂ ਵੈਸੇ ਕਿਹਾ ਤਾਂ ਤਾਰੀਫ ਕਰਦੇ ਹੋ। ਹਾਂਜੀ, ਉਹ ਤਾਰੀਫ ਹੀ ਕਰ ਰਿਹਾ ਮੈਂ ਉਹਦੀ। ਅੱਛਾ, ਹਾਂ, ਤੇ ਇੱਧਰ ਵੀ ਕਰਦੇ ਹੋ? ਨਹੀਂ, ਤੁਸੀਂ ਸੱਚੀ ਬਹੁਤ ਵਧੀਆ ਲੱਗ ਰਹੇ ਹੋ, ਤੁਸੀਂ ਅਵਾਰਡਸ ਤੇ ਵੀ ਬਹੁਤ ਵਧੀਆ ਲੱਗ ਰਹੇ ਹੋ। ਓਏ, ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ। ਅੱਛਾ, ਵੈਸੇ ਪੰਜਾਬੀ ਪੀਟੀਸੀ ਪੰਜਾਬੀ ਫਿਲਮ ਅਵਾਰਡਸ 2018 ਦੇ ਵਿੱਚ, ਹੈ ਨਾ, ਬੈਸਟ ਡੈਬਿਊ ਇਨ ਮੇਲ ਕੈਟੇਗਰੀ ਦੇ ਵਿੱਚ ਤੁਸੀਂ ਨੋਮੀਨੇਟ ਹੋਈ ਸੀ। ਹਾਂਜੀ, ਇਸ ਫਿਲਮ ਦੇ ਵਿੱਚ ਵੀ ਤੁਹਾਡਾ ਕਰੈਕਟਰ ਬੜਾ ਦਮਦਾਰ ਲੱਗ ਰਿਹਾ, ਸੋ ਕੀ ਲੱਗਦਾ ਕਿ ਰੈੱਡ ਕਾਰਪੈਟ ਦੇ ਨਾਲ ਨਾਲ ਸਟੇਜ ਤੇ ਪਹੁੰਚਣ ਵਾਲੇ ਹੋ? ਦੇਖੋ ਜੀ, ਇਹ ਪੀਟੀਸੀ ਪੰਜਾਬੀ ਵਾਲਿਆਂ ਤੇ ਆ, ਪਹੁੰਚਾਉਣਾ ਨਹੀਂ ਪਹੁੰਚਾਉਣਾ, ਆਈ ਵੋਂਟ ਕਮੈਂਟ ਔਨ ਦੈਟ, ਬਟ ਆਮ ਪ੍ਰੀਟੀ ਸ਼ੋਰ ਕਿ ਇਸ ਫਿਲਮ ਦਾ ਕਰੈਕਟਰ ਜਿਹੜਾ ਮੇਰੀ ਲਾਈਫ ਦਾ, ਆਮ ਗਲੈਡ ਕਿ ਮੈਂ ਇਹ ਫਿਲਮ ਕੀਤੀ ਆਫ ਦੀ ਲਾਈਫ ਦੇ ਵਿੱਚ, ਐਂਡ ਆਫਟਰ ਸਰਟਨ ਈਅਰਸ, ਜਿਵੇਂ ਬੰਦਾ 20-25 ਸਾਲ ਬਾਅਦ ਸੋਚਦਾ ਆ, ਤਾਂ ਦਿਸ ਵਿਲ ਬੀ ਵਨ ਆਫ ਮਾਈ ਗੁੱਡ ਕੈਰੈਕਟਰਸ ਇਨ 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 ਵਨ ਆਫ ਮਾਈ ਮੂਵੀਜ਼, ਕਿ ਮੈਂ ਪ੍ਰਾਊਡ ਫੀਲ ਕਰੂੰਗਾ ਵੀ ਇਹ ਫਿਲਮ ਕੀਤੀ ਹੈ ਮੈਂ। ਵਾਕਈ, ਕਿਉਂਕਿ ਗਗਨ, ਜਿਹੜੀਆਂ ਫਿਲਮਾਂ ਨੇ ਸਿਚੁਏਸ਼ਨਲ ਕਾਮੇਡੀ 'ਤੇ ਹੋ ਗਈਆਂ ਜਾਂ ਅੱਜ ਕੱਲ੍ਹ ਦੇ ਟਾਈਮ 'ਤੇ ਹੋ ਗਈਆਂ, ਇਸ ਕਰਨੀ ਹੈ ਨਾ ਥੋੜ੍ਹੀ ਜਿਹੀ ਈਜ਼ੀ ਨੇ ਕਿਉਂਕਿ ਸਾਡੇ ਆਸ ਪਾਸ ਦਾ ਮਾਹੌਲ ਹੁੰਦਾ, ਲੇਕਿਨ ਪਿੱਛੇ ਜਾ ਕੇ ਇੱਕ ਚੀਜ਼ ਨੂੰ ਕ੍ਰੀਏਟ ਕਰਨਾ, ਜਨਰੇਟ ਕਰਨਾ, ਫਿਰ ਐਕਸੈਪਟ ਕਰਨਾ ਆਪਣੇ ਕਿਰਦਾਰ ਦੇ ਅਕੋਰਡਿੰਗ, ਫਿਰ ਉਹਨੂੰ ਕਰਕੇ ਸਕਰੀਨ 'ਤੇ ਲੈ ਕੇ ਆਉਣਾ, ਇਟਸ ਕੁਆਇਟ ਡਿਫੀਕਲਟ। ਸੋ ਜ਼ਿਆਦਾ ਐਫਰਟਸ ਲੱਗੇ? ਨਹੀਂ, ਮੇਰੇ ਲਈ ਥੋੜ੍ਹੀ ਜਿਹੀ ਇਹ ਫਿਲਮ ਸੌਖੀ ਸੀਗੀ ਜੀ, ਕਿਉਂਕਿ ਮੈਂ ਹੁਣੇ ਇਦੂ ਪਹਿਲੀ ਜਿਹੜੀ ਫਿਲਮ ਆ ਉਹਦੇ 'ਚ ਵੀ ਮੈਂ ਪਿੱਛੇ ਹੀ ਕਿਰਦਾਰ ਕਰਕੇ ਹਟਿਆ। ਸੋ ਉਹਦੇ 'ਚ ਮੈਂ 1953 ਦਾ ਕਰੈਕਟਰ ਕੀਤਾ ਸੀ, ਇਹਦੇ 'ਚ ਮੈਂ 1947 ਦਾ ਕਰਦਾ। ਸੋ ਨੋਟ ਮੱਚ ਡਿਫਰੈਂਸ, ਦ ਓਨਲੀ ਡਿਫਰੈਂਸ ਇਜ਼ ਸਾਡਾ ਟੋਪਿਕ ਡਿਫਰੈਂਟ ਆ। ਉਹਦੇ ਵਿੱਚ ਮੈਂ ਲਾਈਟ ਲੈ ਕੇ ਆ ਰਿਹਾ ਸੀ, ਇਹਦੇ ਵਿੱਚ ਇੱਕ ਬਹੁਤ ਹੀ ਵੱਡਾ ਟੋਪਿਕ ਜਿਹੜਾ ਇੰਡੀਆ ਜਿਹਨੇ ਇੰਡੀਆ ਦੇ ਨਾਲ ਇੱਕ ਹੋਰ ਕੰਟਰੀ ਬਣਾ ਤਾ ਪਾਕਿਸਤਾਨ, 1947 ਤੋਂ ਪਹਿਲਾਂ ਤਾਂ ਇੰਡੀਆ ਹੀ ਸੀ, ਪਾਕਿਸਤਾਨ ਨਾਮ ਦੀ ਕੋਈ ਚੀਜ਼ ਹੈ ਨਹੀਂ ਸੀ। ਸੋ ਕਹਾਣੀਆਂ ਸੁਣੀਆਂ ਸੀਗੀਆਂ ਜੀ ਬੇਬਿਆਂ ਦਾਦੀਆਂ ਤੋਂ, ਜਾਂ ਜਿਵੇਂ ਆਪਦੇ ਮਾਂ ਪਿਓ ਤੋਂ, ਜਾਂ ਪੜ੍ਹੀਆਂ ਅਖਬਾਰਾਂ 'ਤੇ, ਜੋ ਐਂਡ ਖਾਸ ਕਰ ਜੋ ਅੱਜ ਕੱਲ੍ਹ ਹੋ ਰਿਹਾ ਇੰਡੀਆ ਪਾਕਿਸਤਾਨ ਦਾ ਜੋ ਰੌਲਾ ਆ। ਸੋ ਬੇਸਿਕਲੀ ਬਿਫੋਰ ਦੈਟ ਐਵਰੀਵਨ, ਸਾਰੇ ਤਾਂ ਇਕੁਅਲ ਸੀਗੇ, ਇੱਕੋ ਇੱਕੋ ਘਰਾਂ 'ਚ ਰਹਿੰਦੇ ਸੀਗੇ। ਉਦੋਂ ਬਾਅਦ 1947 'ਚ ਇੱਕ ਬਾਰਡਰ ਲਾਈਨ ਲਾ ਕੇ ਕਿਹਾ ਤਾਂ ਮੁਸਲਮਾਨ ਉੱਧਰ ਚੱਲੋ, ਹਿੰਦੂ ਸਿੱਖ ਇੱਧਰ ਆ ਗਿਆ। ਹੁਣ ਬੀਇੰਗ ਸੰਧੂ, ਮੈਂ ਸੰਧੂ ਹਾਂ, ਸੋ ਅਸੀਂ ਮੋਸਟਲੀ ਸੰਧੂ ਪਾਕਿਸਤਾਨ ਤੋਂ ਆਏ ਹੋਏ ਆ ਜੀ। ਸੋ ਓਬਵੀਅਸਲੀ ਇਟਸ ਮਾਈ ਪਲੇਜ਼ਰ ਟੂ ਵਰਕ ਇਨ ਦਿਸ ਮੂਵੀ, ਬਿਕੋਜ਼ ਮੈਨੂੰ ਬਹੁਤ ਕੁਝ ਪਤਾ ਲੱਗਿਆ ਇਹਦੇ ਨਾਲ, ਬਹੁਤ ਕੁਝ, ਕਿ ਇੰਨਾ ਮਾੜਾ ਹੋਇਆ ਸਾਡੇ ਨਾਲ, ਐਂਡ ਇਹ ਵੀ ਪਤਾ ਲੱਗਿਆ ਵੀ ਲੋਕੀ ਖੁਸ਼ ਨਿੱਕੀਆਂ ਨਿੱਕੀਆਂ ਚੀਜ਼ਾਂ ਤੇ ਹੁੰਦੇ ਸੀ ਪਹਿਲਾਂ, ਰਾਈਟ, ਹੁਣ ਵੱਡੀਆਂ ਚੀਜ਼ਾਂ ਵੀ ਨਹੀਂ ਨਹੀਂ ਹੋ ਪਾਉਂਦੇ। ਬਿਲਕੁਲ ਸਹੀ ਗੱਲ ਹੈ। ਐਂਡ ਵਾਟ ਅਬਾਊਟ ਯੂ ਬਿਊਟੀਫੁਲ? ਬਹੁਤ ਸਾਰੇ ਪੀਜਨਸ, ਬਿਊਟੀ ਪੀਜਨਸ ਦਾ ਤੁਸੀਂ ਇੱਕ, ਮਤਲਬ ਯੂ ਆਰ ਅ ਲਾਈਕ ਕੁਈਨ, ਹੈ ਨਾ। ਸੋ ਇੰਨੀ ਪਿੱਛੇ ਜਾ ਕੇ ਪੰਜਾਬ ਦੀ ਉਸ ਹਿਸਟਰੀ ਨੂੰ ਲੈ ਕੇ ਆਉਣਾ ਸਕਰੀਨ 'ਤੇ, ਇਟਸ ਡਿਫੀਕਲਟ ਫੋਰ ਯੂ? ਨੋ, ਨਾਟ ਰੀਅਲੀ, ਕਿਉਂਕਿ ਇੱਕ ਤਾਂ ਸਾਡਾ ਜਿਹੜਾ ਸੈੱਟ ਸੀਗਾ ਇਟ ਵਾਸ ਸੋ ਪ੍ਰੋਪਰ, ਲਾਈਕ ਪੁਰਾਣੇ ਜਿੱਦਾਂ ਗਿੱਲੀ ਮਿੱਟੀ ਨਾਲ ਲਿਪੇ ਹੋਏ ਘਰ, ਐਂਡ ਸਾਡੇ ਕੋਸਟਿਊਮਸ ਵਗੈਰਾ ਬਹੁਤ, it was, they were very up to date. Yeah. And I mean, like,
up to the mark and oh cheez to get into the character bahut zaruri hundi hai te dooji gal jehdi mere layi bahut maine rakhdi si is that mere nanke dade dadke donne pakistan punjab to aa ji me te meri dadi maa aksar pakistan diyan gallan kardi aa I think she mentions that sada pind was Haryabad or somewhere there and so ਉਹਨਾਂ ਨੂੰ ਦੇਖਦੇ ਵੀ ਕਿੱਦਾਂ ਉਹ ਯੂ ਨੋ ਉਹਨਾਂ ਦੀ ਮਾਈਂਡ ਸੈਟ ਕਿੱਦਾਂ ਤੇ ਕਿੱਦਾਂ ਉਹ ਗੱਲਾਂ ਕਰਦੇ ਤੇ ਉਹਦੀ ਉਹਨਾਂ ਦੀ ਸੋਚ ਕਿੱਦਾਂ ਆ ਦੈਟਸ ਸਮਥਿੰਗ ਆਈ ਇਨਕੋਰਪੋਰੇਟਡ ਇਨਟੂ ਮਾਈ ਕੈਰੈਕਟਰ ਤੇ ਉਹਨਾਂ ਨੇ ਮੈਨੂੰ ਪਾਲਿਆ ਤਾਂ ਯੂ ਨੋ ਉਹ ਚੀਜ਼ ਤਾਂ ਤੁਹਾਡੇ ਜ਼ਹਿਨ 'ਚ ਹੁੰਦੀ ਆ ਰਾਈਟ ਰਾਈਟ ਸੋ ਇਟਸ ਵੈਰੀ ਨਾਈਸ ਸੋ ਮੇਕਅਪ ਤੇ ਕਿੰਨਾ ਕੁ ਵਰਕ ਕਰਨਾ ਪਿਆ ਅਕੋਰਡਿੰਗ ਟੂ ਯੂਅਰ ਕੈਰੈਕਟਰ ਸੋ ਦਿਸ ਕੈਰੈਕਟਰ ਵਾਸ ਵੈਰੀ ਇੰਟਰਸਟਿੰਗ ਕਿ ਇਟਸ ਦਿਸ ਵਾਸ ਲਿਟਰਲੀ ਹੇਅਰ ਤੇ ਜ਼ਿਆਦਾ ਟਾਈਮ ਲੱਗਦਾ ਸੀ ਮੇਕਅਪ ਤੇ ਕੋਈ ਟਾਈਮ ਨਹੀਂ ਸੀ ਲੱਗਿਆ ਬਿਕਾਜ਼ ਇਟ ਵਾਸ ਅ ਨੋ ਮੇਕਅਪ ਲੁੱਕ literally it was like powder and lip gloss and we were good acha ek main scene dekha si trailer da eh tonu pink chuta rahe na hai na tusi pink chut rahe ho eh nahi pink chuta rahe eh dekh rahe mainu pink chut rahe itta kam aa rahe si tusi haan ji maare ek ta jor de ta nahi marta si nahi hai oh mainu bade proper tarike na chataoni aundi aa acha ke sikhi si ke aundi si ki is karke sikhi ki agge maunik hai nahi pehla main practice kiti acha ohde vi practice kiti haan ji haan lattu ch practice kiti na ਹਰ ਇੱਕ ਚੀਜ਼ ਤੁਸੀਂ ਪ੍ਰੋਪਰ ਪ੍ਰੈਕਟਿਸ ਕੀਤੀ ਹੋਈ ਹੈ ਸੋ ਬਈ ਹੋਰ ਕਿਹੜੀ ਕਿਹੜੀ ਗੱਲ ਦੀ ਪ੍ਰੈਕਟਿਸ ਕੀਤੀ ਹੈ ਤੇ ਕੀ ਕੁਝ ਹੈਗਾ ਅਸੀਂ ਗੱਲਾਂ ਬਾਤਾਂ ਓਬਵੀਅਸਲੀ ਕਰਾਂਗੇ ਪਰ ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਹਾਂ ਫਿਰ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਤੇ ਸ਼ੋਅ ਚੱਲ ਰਿਹਾ ਪੀਟੀਸੀ ਸ਼ੋਕੇਸ ਬਿਲਕੁਲ ਇਸ ਦੇ ਵਿੱਚ ਹੁੰਦੀਆਂ ਨੇ ਢੇਰ ਸਾਰੀਆਂ ਗੱਲਾਂ ਤੇ ਮਸਤੀ ਆਫ ਕੋਰਸ ਮਸਤੀ ਵੈਸੇ ਗਾਣੇ ਦੇ ਨਾਲ ਵੱਧ ਨਹੀਂ ਜਾਂਦੀ ਔਰ ਗਗਨ ਬੈਠੇ ਹੋਣ ਔਰ ਅਸੀਂ ਗਾਣਾ ਨਾ ਸੁਣੀਏ ਤਾਂ ਹੋ ਹੀ ਨਹੀਂ ਸਕਦਾ ਗਗਨ ਫਿਲਮ ਦਾ ਗਾਣਾ ਜਾਂ ਵੈਸੇ ਗਾਣਾ ਫਿਲਮ ਦਾ ਗਾਣਾ ਹੀ ਹੋ ਜਾਏ ਪਹਿਲੇ ਤਾਂ ਫਿਲਮ ਦਾ ਗਾਣਾ ਇੱਕ ਹੁਣੇ ਰਿਲੀਜ਼ ਹੋਇਆ ਐਂਡ ਮੈਨੂੰ ਪਸੰਦ ਵੀ ਆ ਹੋ ਨਜ਼ਰਾਂ ਤਾਂ ਮਿਲ ਗਈਆਂ ਕਿਤੇ ਭਾਗ ਵੀ ਮਿਲ ਜਾਣ ਜੇ ਹਾਏ ਕੋਸੇ ਦੁੱਧ ਤਾਈ ਕਿਤੇ ਜਾਗ ਵੀ ਮਿਲ ਜਾਣ ਜੇ ਨੀ ਮੈਂ ਦੁਨੀਆ ਜਿੱਤ ਲੈਣੀ ਨੀ ਮੈਂ ਦੁਨੀਆ ਜਿੱਤ ਲੈਣੀ ਜੇ ਮੇਰੀ ਰੂਹ ਨਾ ਰੂਹ ਮਿਲ ਜੇ ਹੋ ਮੇਰੀ ਜ਼ਿੰਦਗੀ ਪੂਰੀ ਹੋ ਜੂ ਜੇ ਕਿਤੇ ਤੂੰ ਮਿਲ ਜੇ ਹਾਏ ਜੇ ਕਿਤੇ ਤੂੰ ਮਿਲ ਜੇ ਥੈਂਕ ਯੂ ਵਾਓ ਬਹੁਤ ਸੋਹਣਾ ਤੁਸੀਂ ਗਾਇਆ ਜਿੱਦੇ ਤੁਸੀਂ ਆਹ ਲਾਈਨ ਚੱਕੀ ਨਾ ਕਿ ਕਿਤੇ ਜ਼ਿੰਦਗੀ ਹੈ ਨਾ ਉਹਨਾਂ ਨੇ ਨਾਲ ਹੀ ਇੱਦਾਂ ਟਰਨ ਕੀਤਾ ਜਿੱਦਾਂ ਉਹ ਹਜੇ ਵੀ ਕਰੈਕਟਰ 'ਚ ਨੇ ਉਹ ਪੂਰੀ ਕਰੈਕਟਰ 'ਚ ਰਹਿੰਦੇ ਆਲ ਦਾ ਟਾਈਮ ਹੈ ਅੱਛਾ ਵੈਸੇ ਆਫਸੈਟ ਇਹਨਾਂ ਨੂੰ ਕਿਸ ਚੀਜ਼ ਦੀ ਐਡਿਕਸ਼ਨ ਹੈ ਗਗਨ ਇਹ ਕੀ ਕਰਦੇ ਨਜ਼ਰ ਆਉਂਦੇ ਸੀ ਇਹ ਆਪਦੇ ਆਪ ਨਹੀਂ ਦੇਖਦੀ ਨਜ਼ਰ ਆਉਂਦੀ ਹੈ ਸ਼ੀਸ਼ੇ 'ਚ ਵਾਟ ਐਵੀ ਮਤਲਬ ਨਹੀਂ ਇਹ ਤੇ ਨਹੀਂ ਹੈਗਾ ਉਹਨਾਂ ਦੇ ਰਿਐਕਸ਼ਨ ਤੋਂ ਪਤਾ ਲੱਗ ਗਿਆ ਕਿ ਇਹ ਤੇ ਬਿਲਕੁਲ ਨਹੀਂ ਐਦਾਂ ਹੈਗਾ ਹੈ ਮੋਨਿਕਾ ਮੈਨੂੰ ਲੱਗਦਾ ਨਹੀਂ ਸੋਨੀਆ ਕੁੜੀਆਂ ਨੂੰ ਕਿੱਥੇ ਜ਼ਰੂਰਤ ਹੁੰਦੀ ਹੈ ਬਾਰ ਬਾਰ ਸ਼ੀਸ਼ਾ ਇੱਕ ਨਹੀਂ ਦੇਖਦੀ ਹੈ ਜੀ ਇਹ ਬਹੁਤ ਇਹਨੂੰ ਬਸ ਆਏ ਆ ਵੀ ਮੈਨੂੰ ਸ਼ੀਸ਼ੇ ਮੂਰੇ ਭਾਈ ਰੱਖ ਸੋਨੂ ਇਹ ਦੇਖੋ ਮੇਰੀ ਯਹਾਂ ਕੈਸੇ ਜੀ ਇਹ ਦੇਖੋ ਸੋਨੂ ਇਹ ਕੈਸੇ ਹੋ ਰਿਹਾ ਸੋਨੂ ਨੇ ਇੱਕ ਵਾਰ ਨਹੀਂ ਮੈਨੂੰ ਹੱਥ ਲਾਇਆ ਪਰ ਕਿੱਥੇ ਕਿੰਨੀ ਟਾਈਮ ਤੇ ਇੱਥੇ ਬੈਠੇ ਆ ਝੂਠਦੀ ਪੰਡ ਕਰਾ ਕੇ ਆਈ ਆ ਸਾਰਾ ਕੁਝ ਹੁਣ ਇਹਨੂੰ ਪਤਾ ਆ ਪਰ ਹੁਣ ਚਲੋ ਸਾਡੇ ਕੋਲ ਟਾਈਮ ਹੈ ਨੀਗਾ ਇਹਨੂੰ ਪਤਾ ਵੀ ਇਦੋਂ ਅੱਗੇ ਕਿਤੇ ਜਾਣਾ ਜਾਂ ਪਹਿਲਾਂ ਕਿਤੇ ਜਾਣਾ ਉਦੋਂ ਪਹਿਲਾਂ ਇਹਦੇ ਪੈ ਚੁੱਕੀਆਂ ਇਹਦੀ ਕਲਾਸ ਲੱਗ ਚੁੱਕੀ ਆ ਸੋ ਹੁਣ ਇਹ ਓਕੇ ਆ ਇਹ ਤੁਸੀਂ ਹੁਣ ਆਪਸ 'ਚ ਬਾਅਦ 'ਚ ਦੇਖ ਲਿਓ ਕਿ ਸੱਚ ਹੈ ਕਿ ਝੂਠ ਹੈ ਪਰ ਮੋਨਿਕਾ ਤੁਸੀਂ ਵੀ ਦੱਸ ਦਿਓ ਵੀ ਇਹਨਾਂ ਨੂੰ ਕਿਸ ਚੀਜ਼ ਦੀ ਐਡਿਕਸ਼ਨ ਹੈ ਇਹਨੂੰ ਇਹਨੂੰ ਲੋਕਾਂ ਨੂੰ ਤੰਗ ਕਰਨ ਦੀ ਐਡਿਕਸ਼ਨ ਹਾਂ ਜੋ ਕਿ ਹੁਣ ਕਰ ਰਹੇ ਨੇ ਹੈ ਨਾ ਬਹੁਤ ਜ਼ਿਆਦਾ ਇਹਨੂੰ ਆ ਵੀ ਹੁਣ ਮੈਂ ਕਿਹੜੀ ਸਕੀਮ ਲੱਜਾਂ ਵੀ ਇਹ ਬੰਦਾ ਇਰੀਟੇਟ ਹੋਗਾ ਇਹਨਾਂ ਨੂੰ ਇਹ ਹੁੰਦਾ ਆ ਇਹਨੇ ਨਾ ਅਕਸਰ ਇਹਨਾਂ ਦਾ ਜਿਹੜਾ ਉਹ ਪੋਕ ਕਰਨ ਦਾ ਨਿਸ਼ਾਨਾ ਜਿਹੜਾ ਸੀਗਾ ਉਹ ਸੀ ਮੈਂ ਅੱਛਾ ਕਿਉਂ ਭਲਾ ਕਿਉਂਕਿ ਇਹ ਨਹੀਂ ਵੀ ਇਰੀਟੇਟ ਕਰਦਾ ਵੈਨਿਟੀਆਂ ਨੇੜੇ ਸੀਗੀਆਂ ਦੇਖੋ ਮੈਂ ਪੈਸ਼ਨ ਆ ਮੈਨੂੰ ਕੰਮ ਕਰਨਾ ਜਿਹੜਾ ਆਈ ਲਵ ਵਰਕਿੰਗ ਇਨ ਅ ਵੈਰੀ ਨਾਈਸ ਐਨਵਾਇਰਨਮੈਂਟ ਰਾਈਟ ਸੋ ਮੇਰੇ ਨਾਲ ਦੀ ਵੈਨਿਟੀ ਚ ਇਹ ਆ ਤੇ ਫਿਰ ਤੰਗ ਤਾਂ ਹੋਊਗੀ ਇਹ ਹਾਂ ਇਹ ਤਾਂ ਜੇ ਜੋਗਰਾਜ ਬਾਪੂ ਹੁੰਦਾ ਸ਼ਾਇਦ ਮੈਂ ਨਾ ਕੁਝ ਕਰਦਾ ਕਿਉਂਕਿ ਡਰ ਲੱਗਦਾ ਅੱਛਾ ਵੈਸੇ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਬਾਕੀ ਸਭ ਡਰੇ ਡਰੇ ਰਹਿੰਦੇ ਸੀ ਨਹੀਂ ਨਹੀਂ ਇਹਨਾਂ ਨੂੰ ਗਾਣਾ ਬਹੁਤ ਪੈਂਦੀਆਂ ਸੀਗੀਆਂ ਬਹੁਤ ਬਹੁਤ ਪੈ ਚੁੱਕੀਆਂ ਅੱਛਾ ਯੋਗਾ ਸੰਸ ਤੋਂ ਹਾਂ ਕਿਉਂ ਭਲਾ ਕਿਉਂਕਿ ਤੰਗ ਇੰਨਾ ਕਰਦੇ ਸੀ ਉਹਨਾਂ ਨੂੰ ਵੀ ਨਹੀਂ ਨਹੀਂ ਮੈਨੂੰ ਅੱਛਾ ਫੇਰ ਠੀਕ ਹੈ ਉਹਨਾਂ ਨੇ ਦੋ ਤਿੰਨ ਵਾਰੀ ਮੈਨੂੰ ਬੁਲਾਇਆ ਤੁਸੀਂ ਕਿਹੜਾ ਟਲੇ ਮੇਰੀ ਬੰਦਾ ਬਣ ਜਾ ਬੰਦਾ ਓਏ ਹੈ ਨਾ ਉਹ ਵਿਚਾਰੇ ਮਿਸ ਕਰ ਰਹੇ ਹੋਣੇ ਕਿ ਹੁਣ ਵੀ ਇੱਥੇ ਹੁੰਦੇ ਤਾਂ ਮੇਰਾ ਪੱਕ ਲੈਂਦੇ ਜੇ ਨਹੀਂ ਜੇ ਉਹ ਇੱਥੇ ਹੁੰਦੇ ਨੇ ਥੋੜਾ ਟਲ ਜਾਣਾ ਸੀਗਾ ਉਹਨਾਂ ਦੇ ਸਾਹਮਣੇ ਨਹੀਂ ਕਰਦੇ ਮੈਂ ਡਰਦਾ ਉਹਨਾਂ ਤੋਂ ਜੀ ਦੇਖੋ ਮੇਰਾ ਬਾਪ ਮੇਰੇ ਐਕਚੁਅਲ ਦੇ ਵਿੱਚ ਸੱਚੀ ਉਹਨਾਂ ਨੇ ਮੈਨੂੰ ਪੁੱਤ ਬਣਾਇਆ ਹੋਇਆ ਮੈਂ ਉਹਨਾਂ ਨੂੰ ਬਾਪੂ ਕਹਿਣਾ ਬਟ ਐਕਚੁਅਲ ਚ ਹੀ ਇਜ਼ ਵੈਰੀ ਨਾਈਸ ਲਾਈਕ ਹੀ ਇਜ਼ ਵੈਰੀ ਜੋਵੀਅਲ ਐਂਡ ਵੈਲ ਸਪੋਕਨ ਐਂਡ ਨਾਈਸ ਬਟ ਇਹਨਾਂ ਨੂੰ ਇੱਕਦਮ ਸਿੱਧਾ ਸਪਾਟ ਕਰਕੇ ਰੱਖਦੇ ਸੀ ਹੈ ਗੁੱਡ ਅੱਛਾ ਵੈਸੇ ਕਾਫੀ ਮੁਸ਼ਕਿਲ ਹੁੰਦੀ ਹੈ ਤੰਗੀ ਹੁੰਦੀ ਹੈ ਕੁੜੀ ਨੂੰ ਇੰਪ੍ਰੈਸ ਕਰਨ ਦੇ ਵਿੱਚ ਗਗਨ ਜਿਹੜੇ ਪੁਰਾਣੇ ਟਾਈਮ ਦੀ ਗੱਲ ਕਰੀਏ ਜੀ ਤਾਂ ਉਦੋਂ ਤਾਂ ਸੱਚੀ ਹੀ ਹੁੰਦੀ ਸੀ
ਹੈ ਨਾ, ਜਿਹੜੇ ਹਿਸਾਬ ਨਾਲ ਮੈਂ ਕਰੈਕਟਰ ਕੀਤਾ ਵਾਕਈ ਸੱਚੀ ਲਾਈਕ ਯੂ ਹੈਵ ਟੂ ਗੋ ਥਰੂ ਆਲ ਦ ਰਿਸ਼ਤੇਦਾਰ ਜਿੰਨੇ ਵੀ ਜੋ ਵੀ ਆ ਹੈ ਨਾ ਚੀਜ਼ਾਂ। ਹੁਣ ਉਹਦੇ ਵਿੱਚ ਤੁਸੀਂ ਜੇ ਟ੍ਰੇਲਰ ਦੇਖਿਆ ਹੋਵੇ ਤੇ ਉਹਦੇ ਇਹਦੇ 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 ਡੈਡੀ ਨੂੰ ਪਹਿਲਵਾਨ ਪਸੰਦ ਆ, ਮੇਰੇ ਸੱਚੀ ਮਤਲਬ ਉਹ ਜਿਹੜੇ ਪਹਿਲਵਾਨ ਸੀ ਜਦੋਂ ਉਹਨਾਂ ਨੇ ਮੈਨੂੰ ਸਿੱਟਿਆ ਤੇ ਮੇਰੇ ਸੱਚੀ ਸੱਟਾਂ ਵੱਜੀਆਂ ਉਹ ਚੱਕਰ ਦੇ ਵਿੱਚ, ਤੇ ਕਿਉਂਕਿ ਉਹ ਕਹਿੰਦੇ ਸੀ ਵੀ ਸਹੀ ਕਰੈਕਟਰ ਲੱਗਣਾ ਚਾਹੀਦਾ, ਸੱਟ ਵੱਜੇ ਤੇ ਸੱਟ ਵੱਜੀ ਲੱਗਣੀ ਚਾਹੀਦੀ ਆ, ਵੀ ਸੱਟ ਵੱਜੀ ਆ ਤੇ ਸੱਟਾਂ ਵਜਵਾਈਆਂ। ਸੋ ਵਾਕਈ ਬੜਾ ਔਖਾ ਹੈ। ਅੱਛਾ ਵੈਸੇ ਤੁਹਾਨੂੰ ਵਾਕਈ ਰੀਅਲ ਲਾਈਫ ਦੇ ਵਿੱਚ ਕਿਸੇ ਨੇ ਇੱਦਾਂ ਹਾਰਡਕੋਰ ਇੱਕਦਮ ਯੂ ਨੋ ਪੂਰੇ ਜਾਨ ਲਗਾਤੀ ਹੋਈ ਇੰਪ੍ਰੈਸ ਕਰਨ ਦੇ ਵਿੱਚ, ਇਟ ਹੈਪਨ ਸਮ ਟਾਈਮ ਯਾ ਵੈਨ ਆਈ ਮੀਨ ਅਬਾਊਟ ਅ ਈਅਰ ਅਗੋ, ਕੀ ਹੋਇਆ ਸੀ ਹੁਣ ਦੱਸ ਹੀ ਦਿਓ ਗੱਲ ਸ਼ੁਰੂ ਹੋਣਾ ਕੀ ਆ ਫਿਰ ਜੋ ਹੋਣਾ ਹੋ ਗਿਆ। ਰਾਈਟ, ਸਹੀ ਹੈ। ਵੈਸੇ ਇੰਪ੍ਰੈਸ ਕਰਨ ਦਾ ਇੱਕ ਹੋਰ ਬੜਾ ਸੋਹਣਾ ਤਰੀਕਾ ਹੁੰਦਾ ਗਗਨ ਯਾਰ, ਕੁੜੀਆਂ ਨੂੰ ਤੇ ਉਹਨਾਂ ਦੀ ਤਾਰੀਫ ਦੇ ਵਿੱਚ ਗਾਣਾ ਸੁਣਾ ਦਿਓ ਆਪੇ ਇੰਪ੍ਰੈਸ ਹੋ ਜਾਂਦੇ। ਉਹ ਤਾਂ ਮੋਨਿਕਾ ਜੀ ਲਈ ਸੀ, ਹੁਣ ਬਾਕੀਆਂ ਦੀ ਵੀ ਵਾਰੀ ਆ ਲੈਂਦੇ ਹੋ। ਇੱਕ ਜਿਹੜਾ ਸਿੰਗਰ ਹੁੰਦਾ ਨਾ ਉਹਦੇ ਕੋਲੇ ਇੱਕ ਪੋਜ਼ਿਟਿਵਿਟੀ ਇਹ ਹੁੰਦੀ ਹੈ ਕਿ ਉਹ ਗਾਣੇ ਸੁਣਾ ਦਿੰਦਾ, ਤੇ ਹੋਰ ਕੀ, ਰਾਈਟ, ਤੇ ਕੁੜੀਆਂ ਇੰਪ੍ਰੈਸ ਹੋ ਜਾਂਦੀਆਂ। ਹੋਰ ਕੀ, ਮੈਂ ਬਹੁਤ ਲੱਕੀ ਮੰਨਦਾ ਆਪਦੇ ਆਪ ਨੂੰ ਕਿ ਰੱਬ ਨੇ ਮੈਨੂੰ ਸਿੰਗਰ ਬਣਾਇਆ। ਨਹੀਂ, ਮੈਂ ਤਾਂ ਸਿੱਧਾ ਪੁੱਛ ਲੈਣ ਸੀ ਵੀ ਕਿਸ ਨੇ ਟਿਕਟ ਲਈ ਆ ਕਨਸਰਟ ਦੀ। ਨਹੀਂ ਨਹੀਂ, ਕਿਉਂਕਿ ਮੈਂ ਗਾਣੇ ਗਾਉਂਦਾ ਰਹਿੰਦਾ ਉਹਦੇ ਵਿੱਚ ਵੈਨਿਟੀ ਦੇ ਵਿੱਚ, ਰਾਈਟ, ਤੇ ਇਹਨੂੰ ਇਹ ਹੁੰਦਾ ਸੀਗਾ ਵੀ ਨਹੀਂ ਕਨਸਰਟ ਦੀ ਟਿਕਟ ਅਸੀਂ ਤਾਂ ਲਈ ਨਹੀਂ ਗਈ, ਜਿਨ੍ਹਾਂ ਨੇ ਲਈ ਆ ਉਹਨਾਂ ਨੂੰ ਸੁਣਾ ਦਿਓ। ਗਾਣਾ ਮੇਰਾ ਹੁਣੇ ਹੁਣੇ ਰਿਲੀਜ਼ ਹੋਇਆ 9 ਤੋਂ 5, ਉਹਦੀਆਂ ਚੰਦ ਕੁ ਲਾਈਨਾਂ ਜੀ, ਗੁੱਡ ਸਾਈਨ। ਉਹ ਸਵੈਗ ਤੇਰਾ ਵੈਦਰ ਦੀ ਰਿਪੋਰਟ ਵਾਂਗ ਰਾਣੀ ਹੁੰਦਾ ਰੋਜ਼ ਅਪਡੇਟ, ਦੁੱਧ ਨਾਲੋਂ ਚਿੱਟੀ ਏ ਨੀ ਨਰਮ ਸਕਿਨ ਤੇਰੀ ਜਿਵੇਂ ਆਮਲੇਟ, ਕਾਰੇ ਤੇਰੀ ਕਰਦੀ ਏ ਵੰਗ ਤੇ ਕੋਕਾ ਕਰੇ ਹੇਰਾ ਫੇਰੀਆਂ ਨੀ ਕਰੇ ਹੇਰਾ ਫੇਰੀਆਂ, 9 ਤੋਂ 5 ਮੇਰਾ ਕੰਮ ਤੇਰੇ ਪਿੱਛੇ ਗੇੜੀਆਂ ਨੀ ਤੇਰੇ ਪਿੱਛੇ ਗੇੜੀਆਂ, ਇੱਕ ਤੇਰੀ ਮਾਰਦੀ ਏ ਸੰਗ ਦੂਜਾ ਮੱਥੇ ਤੇ ਤਿਉੜੀਆਂ ਨੀ ਮੱਥੇ ਤੇ ਤਿਉੜੀਆਂ। ਵਾਹ, ਵਾਕਈ ਜਦੋਂ ਤੁਸੀਂ ਗਾਣਾ ਗਾ ਰਹੇ ਸੀ ਉਹਨਾਂ ਦੇ ਨਖਰੇ ਦੇਖਣ ਵਾਲੇ ਸੀਗੇ ਉਸ ਟਾਈਮ ਤੇ, ਪੂਰੇ ਮਾਰਦੀ ਨਖਰੇ ਤੇ, ਹੈ ਨਾ। ਵੈਸੇ ਵਾਕਈ ਤੁਹਾਨੂੰ ਇੰਪ੍ਰੈਸ ਕਰਨਾ ਕੋਈ ਵੈਸੇ ਬਹੁਤ ਸੌਖੀ ਗੱਲ ਨਹੀਂ ਹੈਗੀ, ਕਣੀ 9 ਤੋਂ 5 ਬਹੁਤ ਪੈਟਰੋਲ ਲੱਗਦਾ ਜੀ, ਪਰ ਤੁਹਾਡੇ ਫੈਨਸ ਪੂਰੇ ਖੁਸ਼ ਹੋ ਗਏ ਨੇ ਗਗਨ। ਅੱਛਾ ਵੈਸੇ ਇਹ ਗਾਣੇ ਗੁਣੇ ਵਾਲੇ ਜਿਹੜੀਆਂ ਗੱਲਾਂ ਨੇ ਬੜੀ ਫੀਲ ਦੇ ਨਾਲ ਆਉਂਦੀਆਂ ਨੇ, ਹੈ ਨਾ, ਤੇ ਕਾਲਜ ਟਾਈਮ ਵਿੱਚ ਸਕੂਲ ਟਾਈਮ ਵਿੱਚ ਕਦੀ ਹੋਇਆ ਹੈ ਇੱਦਾਂ ਦੇ ਕੋਈ ਮਾਰੀਆਂ ਗੇੜੀਆਂ ਗੁੜੀਆਂ ਕਿਸੇ ਪਿੱਛੇ? ਉਹ ਬੰਦੇ ਉਹ ਉਹ ਪੰਜਾਬੀ ਨੌਜਵਾਨ ਜਾਂ ਉਹ ਮੁੰਡਾ ਹੀ ਕਿਹੜਾ ਜਿਹਨੇ ਗੇੜੀਆਂ ਨਾ ਮਾਰੀਆਂ ਹੋਏ। ਐਂਡ ਓਬਵੀਅਸਲੀ ਮੈਂ ਇੱਥੇ ਪੜ੍ਹਿਆ ਐਂਡ ਮੈਂ ਆਸਟ੍ਰੇਲੀਆ ਪੜ੍ਹਿਆ, 2 ਕੰਟਰੀਆਂ ਦੇ ਵਿੱਚ ਮੈਂ ਪੜ੍ਹਿਆ, ਇੱਥੇ ਵੀ ਮਾਰੀਆਂ ਉੱਥੇ ਵੀ ਮਾਰੀਆਂ। ਅੱਛਾ, ਤੇ ਕੋਈ ਗੇੜੀ ਯਾਦ ਹੈ ਜਿਹੜੀ ਕਿਸੇ ਦੇ ਪਿੱਛੇ ਖਾਸ ਮਾਰੀ ਹੋਏ? ਸਾਰੀਆਂ ਖਾਸ ਹੀ ਹੈ ਜੀ ਗੇੜੀਆਂ, ਤੇ ਦੇਖੋ ਸਾਰਾ ਦੇਖੋ ਇਨਕੋ। ਸੋ ਦੇਖੋ ਸਟੋਰੀਆਂ ਸੁਣਨ ਵਾਲੀਆਂ ਹੁੰਦੀਆਂ ਵੈਸੇ, ਹੈ ਨਾ, ਸੁਣਾ ਹੀ ਨਹੀਂ ਰਹੇ। ਆਈ ਨੋ, ਕਿਸੇ ਹੋਰ ਸ਼ੋਅ 'ਚ ਕਰਾਂਗੇ ਉਹ ਗੱਲਾਂ। ਅੱਛਾ, ਜ਼ਿਆਦਾ ਪਰਸਨਲ ਨਹੀਂ? ਹਾਂਜੀ ਹਾਂਜੀ ਹਾਂਜੀ, ਚਲੋ ਕੋਈ ਗੱਲ ਨਹੀਂ। ਅੱਛਾ ਮੋਨਿਕਾ, ਸਕੂਲ ਟਾਈਮ ਦੇ ਵਿੱਚ, ਠੀਕ ਹੈ, ਤੁਹਾਨੂੰ ਕਿੱਦਾਂ ਦੇ ਕੀ ਟੈਗ ਮਿਲਿਆ ਹੋਇਆ ਸੀ ਐਜ਼ ਅ ਸਟੂਡੈਂਟ? ਤੁਸੀਂ ਬਹੁਤ ਸਟੂਡੀਅਸ ਸੀ, ਬਹੁਤ ਐਕਟਿਵ ਸੀ, ਟੀਚਰਸ ਦੇ ਫੇਵਰੇਟ ਸੀ ਜਾਂ ਬਹੁਤ ਨੌਟੀ? I got in my yearbook like superlative, I got most likely to succeed. Acha in high school, so right, tusi kaise koi siga eda da jehda tuhanu bahut tang karda si? Hun ta chete nahi ga, but high school jo samay kuch hor siga, I was very different. I wanted to be a doctor, I was very studious. Odo syani hundi si, hun nyani ho gayi hai. ਆਪਣੀ ਮੰਮੀ ਡੈਡੀ ਨਾ, ਬੰਦਾ ਨਿਆਣਾ ਹੀ ਬਹੁਤ ਹੁੰਦਾ ਆ, ਤੁਹਾਨੂੰ ਮੈਚੋਰਿਟੀ ਜਾਂ ਉਹ ਹੁਸ਼ਿਆਰੀ ਉਦੋਂ ਆਉਂਦੀ ਜਦੋਂ ਤੁਸੀਂ ਇਕੱਲੇ ਰਹਿੰਦੇ ਆ, ਉਦੋਂ ਤਾਂ ਨਿਆਣੇ ਜਿਹੇ ਹੁੰਦੇ ਆ, ਨਿਆਣਾ ਇਜ਼ ਵੈਰੀ ਡਿਫਰੈਂਟ ਫਰਮ, ਸਹੀ ਗੱਲ, ਯੂ ਨੋ, ਵਨ ਯੂ ਆਰ 28 27। ਹਾਂ, ਪਰ ਤੁਹਾਡੀ ਗੱਲ ਤਾਂ ਚਲੋ ਸਹੀ ਹੈ, ਠੀਕ ਹੈ, ਪਰ ਤੁਸੀਂ ਉੱਥੇ ਪੜ੍ਹੇ ਹੋ, ਤੁਸੀਂ ਬਹੁਤ ਬਲੈਸਡ ਹੋ, ਪਤਾ ਕਿਉਂ? ਜੇ ਤੁਸੀਂ ਇੱਥੇ ਹੁੰਦੇ ਤੁਹਾਨੂੰ ਸਭ ਤੋਂ ਵੱਡਾ ਨੁਕਸਾਨ ਪਤਾ ਕੀ ਹੋਣਾ ਸੀ? ਜਿਹੜਾ ਸਭ ਤੋਂ ਹਾਈਟ ਜਿਹਦੀ ਸੋਹਣੀ ਹੁੰਦੀ ਹੈ ਨਾ, ਅਸੀਂ ਹੁਣ ਕੰਪਲੀਮੈਂਟ ਦੇ ਤਾਂ ਸਭ ਤੋਂ ਪਿੱਛੇ ਖੜਾ ਕਰਦੇ ਉਹਨੂੰ ਲਾਈਨ ਦੇ ਵਿੱਚ, ਉਹ ਵਿਚਾਰਾ ਨੋਟਿਸ 'ਤੇ ਰਹਿੰਦਾ ਪੂਰੀ ਪ੍ਰੇਅਰ ਦੇ ਵਿੱਚ। ਹੋਰ ਕੀ, ਇੱਥੇ ਬਹੁਤ ਚੱਕਰ ਹੈ, ਬਟ ਸਹੀ ਗੱਲ, ਸਾਡਾ ਐਲਫਾਬੈਟਿਕਲੀ ਹੁੰਦਾ ਸੀਗਾ ਬਾਈ ਲਾਸਟ ਨੇਮ। ਅੱਛਾ, ਵੀ ਸਟੈਂਡਿੰਗ ਜਸਟ ਸਿਟਿੰਗ ਐਂਡ ਏਵਰੀਥਿੰਗ, ਇਥੋਂ ਦੇ ਹਿਸਾਬ ਹੋ ਰਿਹਾ, ਸੋ ਯੂ ਬਲੈਸਡ ਵੈਰੀ, ਬਟ ਇਹ ਕੰਪਲੀਮੈਂਟ ਹੈ, ਤੁਹਾਡੀ ਹਾਈਟ ਵਾਕਈ ਬਹੁਤ ਸੋਹਣੀ ਹੈ। ਥੈਂਕ ਯੂ ਸੋ ਮਚ। ਸੋ ਜੀ, ਗੱਲਾਂ ਬਾਤਾਂ ਕਿੱਥੇ ਮੁੱਕਦੀਆਂ ਨੇ, ਕੋਈ ਮੁੱਕਣ ਵਾਲੀ ਚੀਜ਼ ਹੈ? ਆਪਾਂ ਕਰਦੇ ਰਵਾਂਗੇ, ਪਰ ਹੁਣ ਲੈ ਲੈਂਦੇ ਹਾਂ ਫਿਰ ਇੱਕ ਛੋਟੀ ਜਿਹੀ ਬ੍ਰੇਕ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਜੀ ਆਇਆਂ ਨੂੰ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਬ੍ਰੇਕ ਤੋਂ ਬਾਅਦ ਜੀ। ਬਿਲਕੁਲ ਗੱਲਾਂ ਚੱਲ ਰਹੀਆਂ ਨੇ, ਫੁੱਲ ਔਨ ਮਸਤੀ ਚੱਲ ਰਹੀ ਹੈ ਅਤੇ ਗੱਪਾਂ ਕਿੱਥੇ ਮੁੱਕਦੀਆਂ ਨੇ ਸਾਡੀਆਂ। ਮੈਂ ਉਹੀ ਪੁੱਛਣ ਲੱਗੀ ਸੀ, ਗਗਨ ਤੁਸੀਂ ਟੈਟੂ ਬਣਵਾਏ ਹੋਏ ਆ? ਮੈਂ ਵੀ ਬਣਵਾਇਆ ਹੋਇਆ, ਮੈਨੂੰ ਬਹੁਤ ਸ਼ੌਂਕ ਹੈ ਟੈਟੂ ਦਾ, ਬਟ ਇਹ ਕੁਛ ਡਿਫਰੈਂਟ ਹੈ, ਹੈ ਨਾ? ਦਿਖਾਇਓ ਇੱਕ ਮਿੰਟ ਕੈਮਰਾ 'ਤੇ, ਦਿਖਾਓ ਜੀ। ਅੱਛਾ, 1947 ਦੀ ਫਿਲਮ ਕੀਤੀ ਆ, ਉਹਦੇ ਲਈ ਖਾਸ? ਉਹਦੇ ਨਾਲ ਰਿਲੇਟਡ ਹੀ ਹੈ, ਕਿਉਂਕਿ ਦੇਖੋ ਸਾਡੀ ਫਿਲਮ ਦਾ ਇਹ ਮੋਟਿਵ ਆ ਵੀ ਇਨਸਾਨ ਪਹਿਲਾਂ ਜੀ, ਧਰਮ ਬਾਅਦ 'ਚੋਂ। ਅਤੇ ਸੋ ਇਹ ਜਿਹੜਾ ਟੈਟੂ ਆ ਇਹ ਪਾਕਿਸਤਾਨ ਦੇ ਵਿੱਚ ਇਹ ਲਿਖਿਆ ਹੋਇਆ ਪਿਸ਼ਾਵਰ, ਅਤੇ 16/12/14 ਇੱਕ ਡੇਟ ਆ, 132 ਫੁੱਲ। ਸੋ ਪਿਸ਼ਾਵਰ ਦੇ ਵਿੱਚ ਇੱਕ ਟੈਰੋਰਿਸਟ ਅਟੈਕ ਹੋਇਆ ਸੀ ਜਿਹਦੇ 'ਚ 132 ਜਵਾਕ ਮਾਰਤੇ ਸੀ ਉਹਨਾਂ ਨੇ ਜੀ, ਟੈਰੋਰਿਸਟ ਨੇ, ਉਹ ਛੋਟੇ ਛੋਟੇ ਜਵਾਕ ਸੀਗੇ। ਉਹਨਾਂ ਦੀ ਯਾਦ 'ਚ ਬਣਾਇਆ ਸੀਗਾ ਜੀ ਮੈਂ ਇਹ, ਬਿਕੋਜ਼ ਜਵਾਕਾਂ ਨੂੰ ਤਾਂ ਧਰਮ ਦਾ ਪਤਾ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕਿਹੜੇ ਧਰਮ 'ਚ ਜਨਮੇ ਹਾਂ, 3-2 ਸਾਲ ਦੀ ਉਮਰ। ਯੈਸ, ਵੈਸੇ ਹਰ ਟੈਟੂ ਦਾ ਇੱਕ ਮਤਲਬ ਹੁੰਦਾ, ਤੁਸੀਂ ਉਹ ਵੀ ਕੁਛ ਲਿਖਵਾਇਆ? ਹਾਂਜੀ, ਦੇਖ ਦੇਖ ਫਤਿਹ ਤਾਂ ਸਾਡੀ ਗੁਰਬਾਣੀ 'ਚੋਂ ਓਬਵੀਅਸਲੀ ਵਰਡ ਆ। ਸੰਧੂ ਮੇਰਾ ਸਰਨੇਮ ਆ, ਕੋਕਰੀ ਮੇਰਾ ਪਿੰਡ ਆ ਜੀ। ਕੁਛ ਰਹਿ ਗਿਆ ਜੇ ਮੈਂ ਫਿਲਮਾਂ ਜਾਂ ਗਾਣੇ ਫਿਲਮਾਂ ਐਕਚੁਅਲੀ ਨਾ ਕਰਦਾ ਤਾਂ ਫਿਰ ਮੈਂ ਭਰ ਲੈਣਾ ਸੀ ਆਪਦੇ ਆਪ ਨੂੰ, ਪਰ ਹੁਣ ਚੱਕਰ ਆ ਵੀ ਫਿਲਮ ਕਰਨ ਵੇਲੇ ਨਾ ਅੱਧਾ ਪੌਣਾ ਘੰਟਾ ਇਹਨਾਂ ਨੂੰ ਕਵਰ ਕਰਨ ਲੱਗ ਗਿਆ। ਸੋ ਮੋਨਿਕਾ, ਤੁਹਾਨੂੰ ਵੀ ਕੋਈ ਇੱਦਾਂ ਦਾ ਸ਼ੌਂਕ ਹੈਗਾ ਜਿਹਦੇ ਲਈ ਕ੍ਰੇਜ਼ੀ ਹੋ ਤੁਸੀਂ? ਆਈ ਮੀਨ ਆਈ ਡੋਂਟ ਹੈਵ ਐਨੀ ਟੈਟੂਜ਼ ਤੇ ਪੀਅਰਸਿੰਗ ਸਿਰਫ ਕੰਨਾਂ 'ਚ, ਬਟ ਮੈਨੂੰ ਸ਼ੌਂਕ ਹੈਗਾ ਟਰੈਵਲਿੰਗ ਦਾ। ਨਹੀਂ, 35 ਸਾੜੀਆਂ ਲੈ ਕੇ ਆਈ ਹੈ 4 ਦਿਨਾਂ ਦੀ ਪ੍ਰੋਮੋਸ਼ਨ ਲਈ। ਤੈਨੂੰ ਬੜਾ ਪਤਾ, ਆਪੀ ਤਾਂ ਦੱਸ ਮੇਰੀ ਟੈਚੀ ਫਰੋਲ ਕੇ ਦੇਖੀ ਨਾ, ਹਾਂ ਇਹਨੂੰ ਬਹੁਤ ਪਤਾ ਕਿੰਨੇ ਕ ਕੱਪੜੇ ਲੈ ਕੇ। ਸਾਡਾ ਇੱਕ ਗਰੁੱਪ ਆ ਫਿਲਮ ਦਾ ਯਾਰ ਆਵੇ ਦਾ ਜੀ, ਜਿਹਦੇ 'ਚ ਅਸੀਂ ਸਾਰੇ ਐਕਟਰ ਡਾਇਰੈਕਟਰ ਸਾਰੇ ਹਾਂ ਅਸੀਂ, ਉਹਦੇ ਵਿੱਚ ਇਹਨੇ ਸਾਰੀ ਆਪਦੀ ਸਿਲੈਕਸ਼ਨ ਉੱਥੇ ਪਾਈ। ਆਹ ਮੈਂ ਲੈ ਕੇ ਆਰੀ, ਤੁਹਾਨੂੰ ਦੱਸੀ ਦੇ ਨਾ ਵਿਆਹ ਜਿੰਨਾ ਚਾਹ ਇਹਨੂੰ ਪ੍ਰਮੋਸ਼ਨਾਂ ਦਾ। ਨਹੀਂ ਉਹ ਤਾਂ ਚਲੋ ਠੀਕ ਹੈ, ਫਿਲਮ ਦਾ ਚਾਹ ਹੀ ਹੁੰਦਾ ਵੈਸੇ, ਪਰ ਸਹੀ ਗੱਲ ਹੈ, ਨੋ ਦੈਟ ਡਿਡ ਨਾਟ ਹੈਪਨ। ਨਹੀਂ ਵੈਸੇ ਚਾਲੀਆਂ ਲੈ ਕੇ ਆ, 2 ਕ ਮੈਨੂੰ ਹੀ ਦੇ ਜਾਓ। ਆਰ ਯੂ ਮੈਡ? ਪਲੀਜ਼ ਪਲੀਜ਼ ਯਾਰ, ਦੇਣੀ ਬਣਦੀ ਹੈ ਤੁਹਾਡੀ, ਇੰਨੀ ਸੋਹਣੀ ਤੁਸੀਂ ਲੈ ਦੇ। ਮੈਂ ਮਜ਼ਾਕ ਕਰ ਰਹੀ ਹਾਂ ਭਰਾਵਾ, ਤੁਸੀਂ ਲੜਨਾ ਪਈ ਹੋ ਇੱਥੇ। ਓਕੇ, ਮੈਂ ਤੁਹਾਨੂੰ ਨਾਮ ਲਵਾਂਗੀ ਤੁਹਾਡੀ ਟੀਮ ਦੇ ਜਿਹੜੇ ਮੈਂਬਰਸ ਨੇ, ਹੈ ਠੀਕ ਹੈ, ਉਹਨਾਂ ਦਾ, ਅਤੇ ਤੁਸੀਂ ਦੱਸਣਾ ਵੀ ਤੁਸੀਂ ਉਹਨਾਂ ਨੂੰ ਉਹਨਾਂ ਦੀ ਪਰਸਨੈਲਿਟੀ ਦੇ ਅਕੋਰਡਿੰਗ ਕਿਹੜਾ ਟੈਗ ਦੇ ਸਕਦੇ ਹੋ? ਠੀਕ ਹੈ, ਇੱਕ ਹੀ ਟੈਗ ਦਿਓਗੇ ਡਿਫਰੈਂਟ ਡਿਫਰੈਂਟ, ਰਾਈਟ? ਗਗਨ ਕੋਕਰੀ ਤੁਸੀਂ? ਮੈਂ ਟ੍ਰਬਲ। ਮੋਨਿਕਾ ਗਿੱਲ? ਮੋਨਿਕਾ ਗਿੱਲ ਹੈ ਮਹਾਰਾਣੀ। ਵਾਓ, ਸੀਰੀਅਸਲੀ? ਐਂਡ ਯੂ ਲੁੱਕ ਲਾਈਕ। ਓਕੇ, ਹੁਣ ਦੋਨਾਂ ਨੇ ਦੱਸਣਾ ਹੈ ਯੁਵਰਾਜ ਹੰਸ। ਕਿਊਟੀ। I was about to say cupcake. Cupcake? Haan. All right. B.N. Sharma ji. B.N. Sharma ji? Haan. Hey. Khatti lassi. Nahi. Oh, Hakeem. Oh, Hakeem. Hakeem, ya na? Hakeem. Achha, iska kya khatti lassi? Yeah, that's why I said that. Because the dawai hundi hai na? Hmm. It's for jadon garmi da fever hunda hai. Khatti lassi naal dawai khande aapan. Sare pind nu na najayiz dawaiyan dende hai. Oh, that's not why I said, because they're Hakeem in there. Yeah, so you know that the dawai garam hundi hai, iske karke lassi peeke thanda ho jata hai. All right. Sardar Sohi. He's like a solid actor. Like jidda sur di jadon, kyunki xylophone de various sur hunde aa, he can go from villain to father to like unna, I think as a villain shuru kita siga in the industry, and now he's playing like such cute, like sada inna da fufad baniya is film ch. Yeah, character roles. So the shades jede aa ho bahut different ya. All right, Nirmal Rishi ma'am. Babbar Sher. Babbar Sher. Yeah, Babbar Sher. Babbar Sher. Good. Vaise favorite pet kya hai Monica and kyun? I'm not a pet person, but my significant other has a very small, I don't know what breed it is, thoda chota ja kutta hai, naam hai ga Toby, te ajkal he's the love of my life, so Toby hundi rehndi hai. Wow. And toda mere ghare ji, I have billiyan as well, mere sade dogs bhi hai ji, maro billiyan, so how cute. Ha ji, mere parivar de, mere ghar de, unna ne unna ne rakhe hoye hai, unna de naal hi unna da jeona, te so I love cats as well and then dogs as well, so mainu badhiya lagde. Great. Acha Monica, and stop. Kangaroos. I love kangaroos. Kangaroos. Yeah. Don't listen to him. Acha, you were saying. ਇਹ ਤੁਸੀਂ ਬਾਅਦ ਚ ਲੜਿਓ, ਇੱਥੇ ਨਾ ਲੜ ਪਿਓ। ਤੁਸੀਂ ਸਟਾਕ ਕਰਦੇ ਹੋ ਕਿਸੇ ਨੂੰ? ਹਾਂ, ਬਾਲੀਵੁੱਡ? ਨੋ ਨੋ ਨੋ, ਹਾਲੀਵੁੱਡ? ਨੋ ਨੋ ਨੋ, ਆਈ ਸਟਾਕ ਓਨਲੀ ਮਾਈ ਸਿਗਨੀਫਿਕੈਂਟ ਅਦਰ ਐਂਡ ਆਈ ਲੀਵ ਇਟ ਐਟ ਦੈਟ। ਆਲਰਾਈਟ, ਦੋ ਨਾਮ ਕਿਹਦੇ? ਜਿਹਨਾਂ ਨੂੰ ਤੁਸੀਂ ਸਭ ਤੋਂ ਜ਼ਿਆਦਾ ਸਟਾਕ ਕਰਦੇ ਹੀ ਕਰਦੇ ਹੋ? ਉਹ ਮੈਂ ਉਹ ਕਹਿ ਤਾਂ ਦਿੱਤਾ ਮਾਈ ਸਿਗਨੀਫਿਕੈਂਟ ਅਦਰ। ਅੱਛਾ, ਠੀਕ ਹੈ, ਬਸ ਹੋਰ ਕੋਈ ਨਹੀਂ, ਹੋਰ ਲੋੜ ਹੀ ਨਹੀਂ ਯਾਰ। ਦੇਖੋ, ਤੁਹਾਨੂੰ ਲੋੜ ਹੈ ਕਿ ਤੁਸੀਂ ਵੀ ਇਹੀ ਜਵਾਬ ਦੇਣ ਵਾਲੇ ਹੋ? ਮੈਂ ਦੇਖੋ ਜੀ, ਮੈਂ
ਸਟਾਕ ਦਾ ਮਤਲਬ ਤੁਸੀਂ ਪ੍ਰੋਫਾਈਲਾਂ ਚੈੱਕ ਕਰਦੇ ਹੋ ਰਾਈਟ ਕਿੰਨਾ ਟਾਈਮ ਕਿਹਦੇ ਕੋਲ ਨਹੀਂ 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 ਮੈਂ ਮੈਂ ਇੰਸਟਾਗ੍ਰਾਮ ਤੇ ਮੈਂ ਫੋਲੋ ਨਹੀਂ ਪਹਿਲਾਂ ਮੈਂ ਕਰਦਾ ਸੀਗਾ ਕਿਮ ਨੂੰ ਕਿਮ ਕਿਮ ਅੱਛਾ ਬਸ ਕਿਮ ਨੂੰ ਫੋਲੋ ਕਰਦੇ ਸੀ ਅੱਛਾ ਹੋਰ ਕਿਸੇ ਨੂੰ ਤਾਂ ਫੋਲੋ ਉਹਨਾਂ ਨੂੰ ਵੀ ਹੁਣ ਉਹਨਾਂ ਨੂੰ ਵੀ ਸ਼ੁਰੂ ਕਰ ਦੋ ਨਹੀਂ ਫੋਲੋ ਕਰਦੇ ਉਹਨੇ ਕਾਨੀ ਵੈਸਟ ਨਾਲ ਵਿਆਹ ਕਰਾ ਲਿਆ ਉਦੋਂ ਬਾਅਦ ਮੈਂ ਸਾਰੀ ਚੈੱਕ ਤੇ ਜ਼ੀਰੋ ਫੋਲੋ ਜ਼ੀਰੋ ਬੰਦੇ ਨੂੰ ਮੈਂ ਫੋਲੋ ਕਰਦਾ ਮੇਰਾ ਦਿਲ ਟੁੱਟ ਗਿਆ ਉਹਦੇ ਅੱਛਾ ਅੱਛਾ ਕਿਮ ਦਾ ਵਿਆਹ ਹੋ ਗਿਆ ਦਿਲ ਟੁੱਟ ਗਿਆ ਹੈਨਾ ਅੱਛਾ ਨਾਓ ਕਮਿੰਗ ਬੈਕ ਟੂ ਦਾ ਫਿਲਮ ਯੈਸ ਸੋ ਲੋਕੇਸ਼ਨ ਉਹਨਾਂ ਨੇ ਗੱਲ ਕੀਤੀ ਸੀ ਵੀ ਪੂਰਾ ਮਾਹੌਲ ਹੀ ਐਵੇਂ ਦਾ এনवायरमेंट ਹੀ ਇਹੋ ਜਿਹਾ ਕ੍ਰੀਏਟ ਕੀਤਾ ਹੋਇਆ ਕਿੱਥੋਂ ਕਿੱਥੇ ਕਿੱਥੇ ਲੋਕੇਸ਼ਨਸ ਹੋਈਆਂ ਨੇ ਕ੍ਰੀਏਟ ਕਿੱਥੇ ਕਰਨਾ ਪਿਆ ਰੀਅਲ ਕਿੱਥੇ ਸੀਗੀਆਂ ਦੇਖੋ ਇੱਕ ਤਾਂ ਬਾਗਾ ਬਾਰਡਰ ਰੀਅਲ ਠੀਕ ਹੈ ਜੀ ਜਿੱਥੇ ਰਿਐਲਿਟੀ 'ਚ ਬਣਿਆ ਹੋਇਆ ਪਰ ਜਿਹੜਾ ਮੇਨ ਸਾਡਾ ਫਿਲਮ ਦਾ ਪਾਰਟ ਆ ਉਹ ਉਹ ਹੈਗਾ ਬਨੂੜ ਦੇ ਨੇੜੇ ਸੈੱਟ ਲੱਗਿਆ 6 ਮਹੀਨੇ ਲੱਗੇ ਉਹਨੂੰ ਬਣਾਉਣ 'ਚ ਦੇ ਕ੍ਰੀਏਟਿਡ ਹੋਲ ਸਾਰਾ ਪਿੰਡ ਬਣਾਇਆ ਉਹਨਾਂ ਨੇ ਗੁਰਦੁਆਰਾ ਵੀ ਬਣਾਇਆ ਪੁਰਾਣਾ ਮਿੱਟੀ ਸੋ ਸਾਰਾ ਪਿੰਡ ਜਿੱਥੇ ਸਾਡਾ ਸ਼ੂਟ ਹੋਇਆ ਤੁਹਾਨੂੰ ਫਿਲਮ ਦੇਖ ਕੇ ਇਹ 1947 ਮੀਨਸ 1947 ਲੱਗੂਗਾ ਤੁਹਾਨੂੰ ਅਤੇ ਉਹਨੂੰ ਬਹੁਤ ਮਿਹਨਤ ਲੱਗੀ ਹੈ ਆਰਟ ਡਾਇਰੈਕਟਰ ਸਾਡੇ ਜਿਹੜੀ ਆਰਟ ਦੀ ਟੀਮ ਆ ਮੈਂ ਮੈਂ ਉਹਨਾਂ ਨੂੰ ਅੱਜ ਜਸਟ ਵਾਂਟ ਗਿਵ ਦੈਮ ਥੰਬਸ ਅਪ ਕਿ ਤੁਸੀਂ ਬਹੁਤ ਸੋਹਣੀ ਜੋਬ ਕੀਤੀ ਅਤੇ ਓਬਵੀਅਸਲੀ ਸਾਡੇ ਡਾਇਰੈਕਟਰ ਸਾਹਿਬ ਰਾਕੇਸ਼ ਮਹਿਤਾ ਉਹਨਾਂ ਦਾ ਇਹਦੇ ਪਿੱਛੇ ਬਹੁਤ ਵੱਡਾ ਹੱਥ ਆ ਵੀ ਓਬਵੀਅਸਲੀ ਡਾਇਰੈਕਟਰ ਨੂੰ ਪਤਾ ਹੁੰਦਾ ਵੀ ਮੈਂ ਕਿੱਥੇ ਮੋੜ ਕੇ ਲੈ ਕੇ ਜਾਣਾ ਫਿਲਮ ਕੀ ਕੀ ਚੀਜ਼ਾਂ ਮੈਨੂੰ ਚਾਹੀਦੀਆਂ ਸੋ ਯਾ ਬਨੂੜ ਦੇ ਨੇੜੇ ਸੈੱਟ ਅੱਜ ਵੀ ਲੱਗਿਆ ਹੋਇਆ ਐਂਡ ਸਮ ਲੋਕਲ ਅਥਾਰਟੀਜ਼ ਦੇ ਹੈਵ ਟੇਕਨ ਇਟ ਸੋ ਉਹ ਪਿੰਡ ਵਾਲਿਆਂ ਨੂੰ ਦਿੱਤਾ ਸੀ ਆਈ ਥਿੰਕ ਯਾ ਉਹਨਾਂ ਨੂੰ ਕਿਸੇ ਨੂੰ ਦਿੱਤਾ ਉਹ ਸੈੱਟ ਗਿਫਟ ਕਰਤਾ ਨਹੀਂ ਜਿਨ੍ਹਾਂ ਦਾ ਉੱਥੇ ਪਹਿਲਾਂ ਘਰ ਸੀਗਾ ਬੇਸਿਕਲੀ ਉਹਨਾਂ ਦੇ ਲਾਈਕ ਉਹਨੂੰ ਐਕਸਪੈਂਡ ਕਰਕੇ ਫਿਰ ਉਹਨਾਂ ਨੂੰ ਹੀ ਦਿੱਤਾ ਸੋ ਬੇਸਿਕਲੀ ਮੇਡ देयर ਹੋਮ ਬੈਟਰ ਸਾਡਾ ਜਿਹੜਾ ਪ੍ਰੋਡਿਊਸਰ ਸਾਹਿਬ ਆ ਨਾ ਡਾਇਮੰਡ ਹਾਰਟ ਲਾਈਕ ਡਾਇਮੰਡ ਮੈਨੂੰ ਲੱਗਦਾ ਤੁਹਾਨੂੰ ਫਿਲਮ ਤੋਂ ਪਹਿਲੇ ਚੈੱਕ ਮਿਲ ਗਿਆ ਹੋਇਆ ਨਹੀਂ ਇਟਸ ਨਾਟ ਅਬਾਊਟ ਮਨੀ ਇਟਸ ਰੀਲੀ ਨਾਟ ਅਬਾਊਟ ਮਨੀ ਕਿਡਿੰਗ ਲਾਈਕ ਹੁਣ ਕਾਫੀ ਫਿਲਮਾਂ ਕਰ ਚੁੱਕੇ ਆਈਵ ਡਨ 2 ਇਨ ਹਿੰਦੀ ਸਿਨੇਮਾ ਆਈਵ ਡਨ ਕੁਆਇਟ ਅ ਨੰਬਰ ਹੇਅਰ ਤੇ ਇਟਸ ਵੈਰੀ ਰੇਅਰ ਟੂ ਫਾਈਂਡ ਅ ਪ੍ਰੋਡਿਊਸਰ ਹੁਣ ਜਿਹੜਾ ਦਿਲੋਂ ਥੋੜੀ ਟੇਕ ਕੇਅਰ ਕਰਦਾ ਜਾਂ ਦਿਲੋਂ ਕੁਛ ਕਰਦਾ ਬਿਕਾਜ਼ ਅ ਲੋਟ ਆਫ ਟਾਈਮਸ ਇਟ ਜਸਟ ਐਂਡਸ ਅਪ ਬੀਇੰਗ ਅਬਾਊਟ ਬਿਜ਼ਨਸ ਐਂਡ ਆਈ ਡੂ ਵਾਂਟ ਟੂ ਸੇ ਦੈਟ ਆਈ ਵਾਂਟ ਦਿਸ ਫਿਲਮ ਟੂ ਬੀ ਸਕਸੈਸਫੁਲ ਨਾਟ ਜਸਟ ਬਿਕਾਜ਼ ਮੈਂ ਆਇਆ ਚ ਬਟ ਬਿਕਾਜ਼ ਵੀ ਕਿਸੇ ਨੇ ਆਪਣੇ ਦਿਲੋਂ ਚਾਹ ਕੀਤਾ ਤਾਂ ਕੰਮ ਕੀਤਾ ਤੇ ਖਿਆਲ ਰੱਖਿਆ ਇਹਨੇ ਦੈਟ ਦੈਟਸ ਵੈਰੀ ਰੇਅਰ ਟੂ ਫਾਈਂਡ ਇਨ ਦਿਸ ਇੰਡਸਟਰੀ ਤੇ ਉਹ ਸ਼ਾਇਦ ਕਿਉਂਕਿ ਉਹ ਨਵੇਂ ਆ ਉਹਨਾਂ ਨੇ ਪਹਿਲੀ ਫਿਲਮ ਪ੍ਰੋਡਿਊਸ ਕੀਤੀ ਸ਼ਾਇਦ ਇਸ ਕਰਕੇ ਬਟ ਆਈ ਰੀਲੀ ਹੋਪ ਜਿਹੜੀ ਉਹ ਇੱਕ ਇਨੋਸੈਂਸ ਤੇ ਪਿਓਰਿਟੀ ਆ ਦੈਟ ਹੀ ਰਿਟੇਨਸ ਦੈਟ ਐਂਡ ਆਈ ਪ੍ਰੇ ਦੈਟ ਇੱਕ ਹੋਰ ਗੱਲ ਕਿ ਮਿਊਜ਼ਿਕ ਬਹੁਤ ਮਤਲਬ ਬਿਊਟੀਫੁਲ ਰੋਲ ਪਲੇ ਕਰਦਾ ਹੈ ਫਿਲਮ ਨੂੰ ਅੱਗੇ ਲੈ ਕੇ ਜਾਂਦਾ ਹੈ ਨਾ ਉਹਨੂੰ ਹੋਰ ਜ਼ਿਆਦਾ ਇੰਟਰਸਟ ਦਿੰਦਾ ਐਂਡ ਇਹ ਤਾਂ 47 ਇੱਕ ਪੀਰੀਓਡਿਕ ਫਿਲਮ ਹੈ ਸੋ ਇਸ ਦੇ ਤੇ ਜ਼ਿਆਦਾ ਐਫਰਟਸ ਜ਼ਿਆਦਾ ਮਿਹਨਤ ਲੱਗੀ ਹੋਣੀ ਹੈ ਹਾਂਜੀ ਮਿਊਜ਼ਿਕ ਜਿਹੜਾ ਓਬਵੀਅਸਲੀ ਫਿਲਮ ਦਾ ਉਹ ਪਾਰਟ ਹੁੰਦਾ ਜਿਹੜਾ ਫਿਲਮ ਤੋਂ ਪਹਿਲਾਂ ਆਉਂਦਾ ਜੀ ਔਰ ਲੋਕੀ ਉਸ ਤੋਂ ਜੱਜ ਬਹੁਤ ਕਰਦੇ ਆ ਕਿਸੇ ਵੀ ਫਿਲਮ ਨੂੰ ਐਂਡ ਸਾਡਾ ਮਿਊਜ਼ਿਕ ਮੋਸਟਲੀ ਸਾਡੇ ਗਾਣੇ ਗੁਰਮੀਤ ਸਿੰਘ ਜੀ ਨੇ ਕੀਤੇ ਜੀ ਮਿਊਜ਼ਿਕ ਡਾਇਰੈਕਟਰ ਜੇ ਸਿੰਗਰ ਦੀ ਗੱਲ ਆ ਕੇ ਚੱਲੀਏ ਤੇ ਫਿਰੋਜ਼ ਖਾਨ ਬਾਈ ਜੀ ਨੇ ਗਾਣਾ ਗਾਇਆ ਟਾਈਟਲ ਯਾਰਾਵੇ ਉਹਨਾਂ ਦੇ ਨਾਲ ਫਿਰ ਕਨਵਰ ਗਰੇਵਾਲ ਬਾਈ ਜੀ ਨੇ ਗਾਣਾ ਗਾਇਆ ਮੇਰੇ ਨੇ ਬਹੁਤ ਸੋਹਣਾ ਗਾਣਾ ਗਾਇਆ ਐਂਡ ਆਈ ਲਵ ਦੈਟ ਸੌਂਗ ਫਿਰ ਰਾਜਵੀਰ ਜਵੰਦਾ ਉਹਨਾਂ ਨੇ ਗਾਣਾ ਗਾਇਆ ਹਾਂਜੀ ਮਿਰਜ਼ਾ ਐਂਡ ਦੈਨ ਅਖਤਰ ਬ੍ਰਦਰਸ ਉਹਨਾਂ ਨੇ ਗਾਣਾ ਗਾਇਆ ਐਂਡ ਦੈਨ ਮੈਂ ਇੱਕ ਪ੍ਰਮੋਸ਼ਨਲ ਸੌਂਗ ਆ ਜਿਹੜਾ ਉਹ ਗਾਇਆ ਜੀ ਉਹਦੇ ਵਿੱਚ ਰਾਈਟ ਓਕੇ ਅੱਛਾ ਕੋਈ ਇੱਦਾਂ ਦੀ ਚੀਜ਼ ਸੀ ਕਿਉਂਕਿ ਆਪਾਂ ਆਪਣੀ ਆਪਣੇ ਘਰ ਤੋਂ ਦੂਰ ਹੋ ਜਾਂਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਤੋਂ ਕੰਫਰਟ ਲੈਵਲ ਤੋਂ ਬਾਹਰ ਆ ਜਾਂਦੇ ਹਾਂ ਕੋਈ ਚੀਜ਼ ਸੀ ਜਿਹੜੀ ਤੁਸੀਂ ਡਿਊਰਿੰਗ ਸ਼ੂਟ ਬਹੁਤ ਮਿਸ ਕੀਤੀ ਹੋਵੇ ਉੱਥੇ ਮੈਂ ਸਾਰਾ ਕੁਝ ਸ਼ੂਟ ਤੇ ਜਾਂ ਸ਼ੂਟ ਤੋਂ ਬਾਅਦ ਸ਼ੂਟ ਤੇ ਸ਼ੂਟ ਤੇ ਮੈਂ ਮਿਸ ਐਕਚੁਅਲੀ ਮੈਂ ਸੱਚੀ ਦੱਸਾਂ ਮੈਂ ਆਈ ਲਵ ਸ਼ੂਟਸ ਐਂਡ ਸਪੈਸ਼ਲੀ ਟੀਮ ਇਹੋ ਜਿਹੀ ਹੋਵੇ ਸਾਰੇ ਸਾਡੇ ਮਤਲਬ ਸਾਡਾ ਇੱਕ ਦੂਜੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਸੀਗਾ ਜੀ ਉੱਥੇ ਐਂਡ ਸ਼ੂਟ ਤੇ ਮੈਂ ਕੁਝ ਨਹੀਂ ਮਿਸ ਕੀਤਾ ਸ਼ੂਟ ਤੋਂ ਬਾਅਦ ਮੈਂ ਸ਼ੂਟ ਮਿਸ ਕੀਤਾ ਯਾ ਸ਼ੂਟ ਤੇ ਬਹੁਤ ਜੀ ਲੱਗਿਆ ਮਤਲਬ ਹਰ ਰੋਜ਼ ਤੁਹਾਨੂੰ ਇਹ ਹੁੰਦਾ ਸੀਗਾ ਵੀ ਯਾਰ ਸ਼ੂਟ ਹੀ ਕਰੀ ਚੱਲੋ ਜਿੰਨਾ ਟਾਈਮ ਮਰਜ਼ੀ ਕਰਾ ਲਓ ਤੇ ਆਬਵੀਅਸਲੀ ਸੋਣਾ ਬੰਦੇ ਨੇ ਹੁੰਦਾ ਹੈ ਬਸ ਸੋਣ ਤੋਂ ਬਾਅਦ ਬਸ ਸ਼ੂਟ ਤੇ ਚੱਲੀਏ ਸ਼ੂਟ ਤੇ ਚੱਲੀਏ ਬਟ ਐਕਚੁਅਲੀ ਇਸ ਸ਼ੂਟ ਤੇ ਸਾਰਿਆਂ ਦਾ ਆਈ ਥਿੰਕ ਬਹੁਤ ਜੀ ਲੱਗਿਆ ਨਾ ਆਈ ਥਿੰਕ ਦੈਟਸ ਪਾਰਟਲੀ ਡਿਊ ਟੂ ਜਿਹੜੀ ਸਾਡੀ ਪ੍ਰੋਡਕਸ਼ਨ ਟੀਮ ਸੀ ਤੇ ਮੈਨੇਜਮੈਂਟ ਸੀਗਾ ਬਹੁਤ ਚੰਗਾ ਸੀਗਾ ਲਾਈਕ ਦੇ ਐਂਡ ਈਵਨ ਆਰ ਡਾਇਰੈਕਟਰ ਰਾਕੇਸ਼ ਸਰ ਹੀ ਮੇਡ ਸ਼ੋਰ ਵੀ ਜਿਹੜੀ ਇੱਕ ਇਨਵਾਇਰਨਮੈਂਟ ਆ ਉਹ ਕਦੇ ਟੈਂਸ ਨਾ ਹੋਵੇ ਰਾਈਟ ਲਾਈਕ ਜਦੋਂ ਅਸੀਂ ਸ਼ੂਟ ਕਰ ਰਹੇ ਸੀਗੇ ਜਦ 1947 ਬਣਿਆ ਆ ਲਿਟਰਲੀ ਉਹ ਇਦਾਂ ਫੀਲ ਹੋ ਰਿਹਾ ਸੀਗਾ ਮਤਲਬ ਜਿਵੇਂ ਤੁਸੀਂ ਅਲੱਗ ਹੋਏ ਹੋ ਉਹ ਚੀਜ਼ਾਂ ਬਹੁਤ ਹੀ ਮਤਲਬ ਕਿਉਂਕਿ ਆਪਾਂ ਤਾਂ ਕਹਾਣੀਆਂ ਸੁਣੀਆਂ ਸੀ ਜੀ ਉਦੋਂ ਬਾਅਦ ਅਸੀਂ ਆਪਦੇ ਨਾਲ ਹੁੰਦਾ ਦੇਖਿਆ ਰਾਈਟ ਇਹ ਟਰੂ ਸਟੋਰੀ ਆ ਜੀ ਜਿਹੜੀ ਯਾਰਾ ਵੇ ਆ ਜੀ ਇਹ ਸਾਡੇ ਡਾਇਰੈਕਟਰ ਸਾਹਿਬ ਦੀ ਦਾਦੀ ਦੀ ਸਟੋਰੀ ਆ ਸੋ ਇਟਸ ਅ ਰੀਅਲ ਸਟੋਰੀ ਸੋ ਤੁਸੀਂ ਉਹਦੇ ਵਿੱਚ ਮਤਲਬ ਰਿਐਲਿਟੀ ਦੇਖੋਗੇ
ਵੀ ਸੱਚੀ ਆਹ ਹੋਇਆ ਸੱਚੀ ਔਰ ਦੇਖੋ ਡਾਇਰੈਕਟਰ ਕਿੰਨਾ ਇਮੋਸ਼ਨਲੀ ਜੁੜਿਆ ਹੋਊਗਾ ਉਹ ਚੀਜ਼ ਨਾਲ ਜਿਹਦੇ ਘਰ ਦੀ ਸਟੋਰੀ ਹੋਵੇ ਕਿੰਨੇ ਪਿਆਰ ਤੇ ਸ਼ਿੱਦਤ ਨਾਲ ਬਣਾਈ ਹੋਵੇ ਹਾਂਜੀ ਹਾਂਜੀ ਅੱਛਾ ਤੁਸੀਂ ਫਿਲਮ ਜਦੋਂ ਤੁਹਾਨੂੰ ਮਿਲੀ ਹੈ ਨਾ ਤੁਸੀਂ ਸਕ੍ਰਿਪਟ ਸੁਣੀ ਸਾਰੀ ਕਿਹੜਾ ਫੈਕਟਰ ਸੀ ਜਿਹਨੇ ਤੁਹਾਨੂੰ ਇੰਨਾ ਇੰਪ੍ਰੈਸ ਕੀਤਾ ਕਿ ਆਲ ਡੂ ਇਟ ਸਟੋਰੀ ਜਦੋਂ ਮੈਂ ਰਾਕੇਸ਼ ਸਰ ਤੇ ਬਲੀ ਭਾਜੀ ਨੂੰ ਮਿਲੀ ਸੀਗੀ ਤਾਂ ਆਈ ਹੈਡ ਸਮ ਮਾਈ ਟੀਮ ਮੈਂਬਰਸ ਵਿਦ ਮੀ ਐਜ਼ ਵੈਲ ਜਿਹੜੀ ਪਹਿਲੀ ਚੀਜ਼ ਆਈ ਰੀਲੀ ਫੈਲ ਇਨ ਲਵ ਵਿਦ ਵਾਜ਼ ਜਸਟ ਦ ਸਟੋਰੀ ਐਂਡ ਦ ਕਨਸੈਪਟ ਐਂਡ ਨਾ ਮੈਂ ਰਾਕੇਸ਼ ਸਰ ਨੂੰ ਜਾਣਦੀ ਸੀ ਅਤੇ ਨਾ ਬਲੀ ਭਾਜੀ ਨੂੰ ਯੂ ਨੋ ਆਈ ਹੈਡਨਟ ਹਰਡ ਆਫ ਹਿਮ ਬਿਫੋਰ ਐਂਡ ਐਟ ਦੈਟ ਟਾਈਮ ਦੇ ਹੈਡਨਟ ਈਵਨ ਲੌਕਡ ਅ ਹੀਰੋ ਯੈਟ ਐਂਡ ਆਈ ਲਿਟਰਲੀ ਲਿਸਨ ਟੂ ਦ ਸਟੋਰੀ ਐਂਡ ਫੈਲ ਇਨ ਲਵ ਵਿਦ ਇਟ ਈਵਨ ਦੋ ਆਈ ਨਿਊ ਦੈਟ ਉਹ ਜਿਹੜਾ ਰੋਮਾਂਸ ਆ ਉਹ ਸਬ ਪਲਾਟ ਆ ਮੇਨ ਸਟੋਰੀ ਹੈ ਨਹੀਂ just because minnu lagya si eh jehdi story hai na eh dassni chahidi aa jehda main focal point hai vi jehdi dosti hai nyanyan di kinni pure te innocent hundi aa nyanyan nu thoda jidda inna ne ke nyanyan nu thoda pata hunda vi unna da religion ki hai ja mazhab ki hai oh sikhaya janda baad ch jadon oh nyana ik dooje nyane na dosti karda bas it's just that it's just I like you you like me we're friends and hatred prejudices religion languages oh agge ja ke nyane nu sikhaye jande aa oh hatred baad ch sikhaye jandi aa pehli cheez te koi vi nava nyana jamda hi all he knows is love that's where it starts from right acha monica ki lagda jadon film dekhan ge tade fans jadon film dekhan ge na tadi kehdi ek edda di quality hoegi film de vich jo nazar aayegi screen te jis nu sab to vadh compliment karan wale ho I would hope oh dekho ki main kuch different try kita te amritsari I think majje di bolli aa right and I'm a Dwabban in on my other films oh that Dwabi language you can very well pick up the pehli baar amritsari language di koshish kiti hai sir te chunni layi ho it's basically pehli baari except for Palton Punjabi cinema ch pehli baari main ek village girl the role nibhaya and I hope people like that to sone lag rahe ho baat oh mere wala compliment ha thank you so much aur ki lagda hai Gagan jehde tickets lain ge film dekhan aun ge ਕਿਹੜੀ ਚੀਜ਼ ਉਹਨਾਂ ਨੂੰ ਸਭ ਤੋਂ ਇੰਪ੍ਰੈਸ ਕਰਨ ਵਾਲੀ ਹੈ ਜਾਂ ਕਿ USP ਹੈ ਤੁਹਾਡੇ ਅਕੋਰਡਿੰਗ ਫਿਲਮ ਦਾ ਆਈ ਥਿੰਕ ਫਿਲਮ ਦਾ ਜਿਹੜਾ ਵਿਸ਼ਾ ਆ ਸਭ ਤੋਂ ਵੱਡਾ ਤਾਂ ਉਹੀ ਹੈ ਜੀ ਸਾਡੇ ਲਈ ਲੋਕਾਂ ਨੂੰ ਜਿਹੜੇ ਵੀ ਸਿਨੇਮਾ ਦੇ ਵਿੱਚ ਜਾਣਗੇ ਉਹ ਡੈਫੀਨੇਟਲੀ ਵਰਥ ਕਰਕੇ ਆਉਣਗੇ ਆਪਦੀ ਟਿਕਟ ਬਿਕੋਜ਼ ਓਬਵੀਅਸਲੀ ਦੇ ਗਨ ਸੀ ਸੋ ਮੱਚ ਕਾਮੇਡੀ ਕਮੇਡੀ ਵੀ ਦੇਖਣੀ ਹੈ ਉਹਨਾਂ ਨੇ ਫਿਰ ਉਦੋਂ ਬਾਅਦ ਉਹਨਾਂ ਨੇ ਪਿਆਰ ਵੀ ਦੇਖਣਾ ਕਿਊਟ ਲਵ ਸਟੋਰੀ ਵੀ ਦੇਖਣੀ ਆ ਫਿਰ ਉਹਨਾਂ ਨੇ ਐਂਡ ਦੇ ਵਿੱਚ ਟ੍ਰੈਜਡੀ ਹੁੰਦੀਆਂ ਵੀ ਦੇਖਣੀਆਂ ਸੋ ਇਟਸ ਅ ਮਿਕਸਚਰ ਆਫ ਐਵਰੀਥਿੰਗ ਲਾਈਕ ਅਸੀਂ ਕੋਈ ਧੱਕੇ ਨਾਲ ਚੀਜ਼ਾਂ ਨਹੀਂ ਕੀਤੀਆਂ ਧੱਕੇ ਨਾਲ ਕਮੇਡੀ ਨਹੀਂ ਕੀਤੀ ਵਿੱਚ ਠੀਕ ਹੈ ਸਿਚੁਏਸ਼ਨਲ ਕਾਮੇਡੀ ਆ ਉਹਨਾਂ ਚੀਜ਼ਾਂ 'ਤੇ ਕਾਮੇਡੀ ਆ ਜਿਹੜੀਆਂ ਉਦੋਂ ਹੁੰਦੀਆਂ ਸੀਗੀਆਂ ਅਮੀਰ ਗਰੀਬ ਦਾ ਫਰਕ ਵਿੱਚ ਜਿਵੇਂ ਸਾਈਕਲ ਪਹਿਲੀ ਵਾਰੀ ਇੰਟਰੋਡਿਊਸ ਹੋਇਆ ਇਸ ਫਿਲਮ ਦੇ ਵਿੱਚ ਵੀ ਮਤਲਬ ਲੋਕਾਂ ਨੇ ਪਹਿਲੀ ਵਾਰੀ ਦੇਖਿਆ ਇਸ ਫਿਲਮ ਦੇ ਵਿੱਚ ਵੀ ਸਾਈਕਲ ਕਹਿੰਦੇ ਹਨ ਵੀ ਇੱਕ ਸਾਡੇ ਕਰੈਕਟਰ ਆ ਭਗਤੂ ਨੰਬਰਦਾਰਾਂ ਦਾ ਮੁੰਡਾ ਚੰਗਾ ਆ ਉਹ ਕਦੇ ਘੋੜੀ ਲੈ ਹੁੰਦਾ ਫਿਰ ਉਹ ਘੋੜੀ ਅਸੀਂ ਲੈ ਜਾਂਦੇ ਹਾਂ ਫਿਰ ਉਹ ਸਾਈਕਲ ਲੈ ਕੇ ਆਉਂਦਾ ਸਾਰਾ ਪਿੰਡ ਉਹਦੇ ਪਿੱਛੇ ਪਿੱਛੇ ਵੀ ਆਹ ਕੀ ਆ ਗਿਆ ਹਨਾ ਸੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਹਦੇ ਵਿੱਚ ਖੁਸ਼ੀ ਹੁੰਦੀ ਸੀ ਪਹਿਲਾਂ ਜੀ ਸੋ ਅੱਜ ਦੇ ਜਵਾਕਾਂ ਨੂੰ ਪਤਾ ਲੱਗੂਗਾ ਇਹਨਾਂ ਚੀਜ਼ਾਂ ਬਾਰੇ ਵੀ ਖੁਸ਼ੀਆਂ ਅਤੇ ਇਹ ਸੱਚੀ ਇਹ ਹੋਇਆ ਸੀ ਜੋ ਵੰਡ ਹੋਈ ਸੀ ਇਹ ਇੱਦਾਂ ਹੋਈ ਸੀ ਉਹ ਕੁਐਸਚਨ ਕਰਨਗੇ ਆ ਕੇ ਬਾਹਰ ਆਪਦੇ ਮਾਂ ਪਿਓ ਨੂੰ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਉਹ ਐਰਾ ਜਿਹੜਾ ਉਹਨਾਂ ਦੇ ਦਿਮਾਗ 'ਚ ਆਊਗਾ ਵੀ ਅਸੀਂ ਹਾਂ ਵੀ ਅਸੀਂ ਸਾਡੇ ਨਾਲ ਆਹੀ ਚੀਜ਼ ਹੋਈ ਸੀ ਸੋ ਡੈਫੀਨੇਟਲੀ ਆਮ 100% ਸ਼ੋਰ ਕਿ ਕੋਈ ਵੀ ਜਿਹੜਾ ਬੰਦਾ ਥੀਏਟਰ ਦੇ ਵਿੱਚ ਜਾਊਗਾ ਉਹ ਇਸ ਫਿਲਮ ਨੂੰ ਮਾੜੀ ਨਹੀਂ ਕਹੂਗਾ ਬਿਕੋਜ਼ ਇਹਦੇ ਨਾਲ ਬਹੁਤ ਇਮੋਸ਼ਨਸ ਜੁੜੇ ਆ ਲੋਕਾਂ ਦੇ ਸਾਡੇ ਨਹੀਂ ਸਾਡੀ ਕੌਮ ਦੇ ਜੁੜੇ ਆ ਕਿਉਂਕਿ ਸਭ ਤੋਂ ਜ਼ਿਆਦਾ ਫਰਕ ਤਾਂ ਪੰਜਾਬੀਆਂ ਨੂੰ ਪਿਆ ਸੀ ਵੰਡ ਦਾ ਕੇਰਲਾ ਤੋਂ ਤਾਂ ਕੋਈ ਗਿਆ ਨਹੀਂ ਪਾਕਿਸਤਾਨ ਸਾਡੇ ਪੰਜਾਬ ਤੋਂ ਹੀ ਜਾਂ ਇੱਧਰੋਂ ਨੇੜੇ ਤੇੜੇ ਹੀ ਗਏ ਆ ਉਹ ਸੋ ਉਹ ਸਾਡੇ ਲੋਕਾਂ ਦੇ ਲਈ ਇਹ ਬਹੁਤ ਵੱਡੀ ਚੀਜ਼ ਸੀ ਜਿਹੜੀ ਵੰਡ ਹੋਈ ਆ ਕਿਉਂਕਿ ਸਾਨੂੰ ਸ਼ਫਲਿੰਗ ਹੋ ਗਈ ਤੁਸੀਂ ਟੋਟਲ ਪ੍ਰੋਪਰਟੀਆਂ ਛੱਡ ਕੇ ਕਿਤੇ ਚਲੇ ਗਏ ਕੋਈ ਕਿਤੋਂ ਆ ਗਿਆ ਸੋ ਇਹ ਚੀਜ਼ ਲੋਕਾਂ ਨੂੰ ਵਰਥ ਲੱਗੂਗੀ ਪਲੱਸ ਕਾਮੇਡੀ ਜਿਹੜੀ ਸਾਡੀ ਆ ਉਹ ਲੋਕਾਂ ਨੂੰ ਬਹੁਤ ਹਸਾ ਹੋ ਗਈ ਬਿਕੋਜ਼ ਮੈਂ ਪਰਸਨਲੀ ਮੈਂ ਜਦੋਂ ਮੈਂ ਡਬਿੰਗ ਕਰ ਰਿਹਾ ਸੀ ਮੈਂ ਬਹੁਤ ਹੱਸਿਆ ਸੀਨਸ 'ਤੇ ਬਾਹਲਾ ਜ਼ਿਆਦਾ ਹੱਸਿਆ ਕਿਉਂਕਿ ਮੈਂ ਤਾਂ ਆਪ ਬਾਹਰ ਰਹਿੰਦਾ ਸੀ ਐਂਡ ਤੁਹਾਨੂੰ ਜਦੋਂ ਕੋਈ ਚੀਜ਼ ਇਹੋ ਜਿਹੀ ਅਟਰੈਕਟ ਕਰਦੀ ਹੈ ਨਾ ਚੀਜ਼ਾਂ ਵਿੱਚ ਜਿਵੇਂ ਮੈਂ ਕੀਤਾ ਕਰੈਕਟਰ ਹੁਣ ਜਿਹੜੇ ਹਿਸਾਬ ਨਾਲ ਦੇਖੋ ਹੁਣ ਉਹਦੇ ਆਪਣੇ ਦੇ ਰਘਵੀਰ ਬੋਲੀ ਨੇ ਖੋਤੀ ਨੂੰ ਚੁੰਨੀ ਫੜੀ ਹੋਈ ਆ ਹੁਣ ਇਹ ਚੁੰਨੀ ਲਾਈ ਹੋਈ ਆ ਰਾਈਟ ਇਹ ਦਿਸ ਇਜ਼ ਕਾਮਿਕ ਅਮੇਜ਼ਿੰਗ ਐਕਟਰ ਰਘਵੀਰ ਬੋਲੀ ਏ ਪਲੱਸ ਐਂਡ ਆਈ ਥਿੰਕ ਆਈ ਹੋਪ ਆਡੀਅੰਸ ਉਹਨਾਂ ਜਿੱਦਾਂ ਦੇ ਉਹਨਾਂ ਨੇ ਆਪਣੇ ਕੈਰੇਕਟਰ ਨੂੰ ਇਦਾਂ ਨਿਖਾਰਿਆ ਆ ਕਿਉਂਕਿ ਹੀ ਹੈਜ਼ ਅ ਥੀਏਟਰ ਬੈਕਗ੍ਰਾਉਂਡ ਆਈ ਹੋਪ ਦ ਆਡੀਅੰਸ ਰੀਲੀ ਇੰਜੋਏਸ ਇਟ ਯੂਵੀ ਵੀਰਾ ਬਹੁਤ ਵਧੀਆ ਮਤਲਬ ਉਹਨੇ ਬਹੁਤ ਸੋਹਣਾ ਕੈਰੇਕਟਰ ਕੀਤਾ ਬਹੁਤ ਸਵੀਟ ਹੈ ਯੂ ਬਟ ਹਿਸ ਕੈਰੇਕਟਰ ਇਜ਼ ਆਫ ਲਾਈਕ ਅ ਲਵਰ ਯਾ ਯਾ ਇਨ ਉਹਨੇ ਉਹ ਚੀਜ਼ ਬਹੁਤ ਚੰਗੀ
ਬੜੀ ਸੋਹਣੀ ਤਰ੍ਹਾਂ ਹੋ ਗਈ ਦਿਖਾਈ ਆ। ਮੋਨਿਕਾ ਜੀ ਤੁਸੀਂ ਤਾਰੀਫ ਕਰਦੇ, ਤੁਹਾਡੇ ਫੈਨਸ ਨੇ ਤਾਂ ਤਾਰੀਫ ਆਟੋਮੈਟਿਕਲੀ ਕਰ ਦੇਣੀ ਆ, ਬਟ ਇਹ ਵਾਕਈ ਬਹੁਤ ਅੱਛੇ ਐਕਟਰਸ ਨੇ। ਕੋਈ ਇੱਕ ਮੈਮੋਰੀ ਯੁਵਰਾਜ ਨਾਲ ਵੀ ਦੱਸਿਓ, ਬਹੁਤ ਸਵੀਟ ਨੇ, ਤੁਹਾਨੂੰ ਚਾਹ ਚੂ ਬਣਾ ਕੇ ਪਿਲਾਈ, ਮੈਨੂੰ ਪਿਲਾਈ ਸੀ ਇੱਕ ਵਾਰੀ ਗੁੜ ਵਾਲੀ। ਯੂਵੀ ਯੂਵੀ ਮੇਰਾ ਚੱਕਰ ਆ ਵੀ ਉਦੋਂ ਵਿਆਹ ਦੇ ਚੱਕਰਾਂ 'ਚ ਪਿਆ ਹੋਇਆ ਸੀਗਾ ਤੇ ਫਿਰ ਆਇਆ ਨਾ ਬੰਦਾ ਥੋੜਾ ਜਿਹਾ ਪ੍ਰਾਈਵੇਸੀ ਦੇ ਵਿੱਚ ਰਹਿੰਦਾ ਨਾ, ਜਦੋਂ ਵਿਆਹ ਤੇ ਫਿਰ ਜ਼ਿਆਦਾ ਫੋਨ ਹਨਾ, ਹਾਂਜੀ ਮੈਂ ਇੱਥੇ ਆ ਰਾਈਟ, ਐਂਡ ਆਪਾਂ ਜ਼ਿਆਦਾ ਡਿਸਟਰਬ ਨਹੀਂ ਕੀਤਾ, ਬਟ ਵੀ ਹੈ ਵੀ ਸਟਿਲ ਕੈਰੀ ਅ ਵੈਰੀ ਗੁੱਡ ਰਿਲੇਸ਼ਨ ਵਿਦ ਈਚ ਅਦਰ, ਸਾਡਾ ਇੱਕ ਦੂਜੇ ਨਾਲ ਬਹੁਤ ਪਿਆਰ ਆ, ਐਂਡ ਆਈ ਰਿਸਪੈਕਟ ਹਿਮ, ਆਈ ਰਿਸਪੈਕਟ ਹਿਸ ਫੈਮਲੀ, ਕਿਉਂਕਿ ਉਹਨਾਂ ਦੀ ਜਿਹੜੀ ਫੈਮਲੀ ਬੈਕਗਰਾਊਂਡ ਆ ਉਹ ਸਿੰਗਿੰਗ ਨਾਲ ਰਿਲੇਟਡ ਆ, ਐਂਡ ਮੈਂ ਸਿੰਗਰ ਹਾਂ ਜੀ, ਅਤੇ ਮੈਂ ਰਿਸਪੈਕਟ ਕਰਦਾ ਹੰਸ ਰਾਜ ਜੀ ਦੀ, ਐਂਡ ਦੈਨ ਨਵਰਾਜ ਵੀਰੇ ਨਾਲ ਵੀ ਮੇਰਾ ਬਹੁਤ ਪਿਆਰ ਆ, ਸੋ ਆਈ ਵਿਸ਼ ਹਿਮ ਗੁੱਡ ਲੱਕ, ਅਤੇ ਹੁਣ ਉਹ ਹਨੀਮੂਨ 'ਤੇ ਆ ਅਤੇ ਅਸੀਂ ਉਹਨੂੰ ਡਿਸਟਰਬ ਨਹੀਂ ਸੀ ਕਰਨਾ ਚਾਹੁੰਦੇ, ਐਂਡ ਦੇ ਡੂਇੰਗ ਗੁੱਡ। ਨਹੀਂ ਵਧੀਆ ਗੱਲ ਆ, ਕੀ ਕਿਹਾ ਤੁਸੀਂ, ਆਪਣਾ ਸਿੰਗਰ ਹੋ ਤੁਸੀਂ ਹੈ, ਅਤੇ ਮਿਊਜ਼ੀਕਲ ਆਪਾਂ ਐਂਡਿੰਗ ਕਰ ਦਿੰਦੇ ਹਾਂ ਫਿਰ ਦੋ ਲਾਈਨਾਂ ਦੇ ਨਾਲ। ਹੋ ਸੈਟਰਡੇ ਨਹੀਂ ਬੈਠਦੇ ਕਲੱਬਾਂ ਵਿੱਚ ਜਾ ਕੇ, ਯਾਰ ਬੇਲੀ ਸਾਰੇ ਸੰਗਰਾਂਦ ਵਾਲੇ ਆ, ਪ੍ਰਾਪਤੀ ਨਹੀਂ ਕੋਈ ਜੋ ਗਣਾ ਸਕੀਏ, ਹਾਸੇ ਹੁਸੇ ਵਾਲੇ ਸਾਡੇ ਕਾਂਡ ਵਾਲੇ ਆ, ਲੱਭਦੀਆਂ ਰਹਿਣ ਚੰਡੀਗੜ੍ਹ ਕੁੜੀਆਂ, ਲੱਭਦੀਆਂ ਰਹਿਣ ਚੰਡੀਗੜ੍ਹ ਕੁੜੀਆਂ, ਅਸੀਂ ਹਲੇ ਤੋਂ ਟੋਰਾਂਟੋ ਹੋ ਕੇ ਆਓ ਜਾਈਦਾ, ਸਾਡੇ ਨੀ ਦਿਮਾਗ ਸ਼ਤਰੰਜ ਜਾਣਦੇ, ਜਿੱਦਾਂ ਕਰਦਾ ਏ ਕੋਈ ਉੱਦਾਂ ਹੋ ਜਾਈਦਾ, ਸਾਡੇ ਨੀ ਦਿਮਾਗ ਸ਼ਤਰੰਜ ਜਾਣਦੇ, ਜਿੱਦਾਂ ਕਰਦਾ ਏ ਕੋਈ ਉੱਦਾਂ ਹੋ ਜਾਈਦਾ। ਵਾਹ ਕੀ ਬਾਤ ਹੈ, ਨਾਈਸ, ਐਂਡ ਆਲ ਦਾ ਵੈਰੀ ਬੈਸਟ ਫੋਰ ਯੋਰ ਫਿਲਮ। ਯੈਸ, ਯਾਰਾਵੇ। ਸੋ ਜੀ, ਇੱਦਾਂ ਹੀ ਫਿਲਮ ਦੀ ਗੱਲਾਂ ਬਾਤਾਂ ਅਸੀਂ ਕਰ ਲਈਆਂ ਨੇ, ਫਿਲਮ ਇੰਜੋਏ ਕਰਨ ਲਈ ਤੁਹਾਨੂੰ ਸਿਨੇਮਾ ਘਰਾਂ 'ਚ ਜਾਣਾ ਪੈਣਾ ਹੈ ਫਿਲਹਾਲ, ਸਾਨੂੰ ਦਿਓ ਇਜਾਜ਼ਤ, ਪਰ ਹਾਂ ਤੁਸੀਂ ਦੇਖਦੇ ਰਹਿਣਾ ਪੀੜ੍ਹੀ ਦੀ ਪੰਜਾਬੀ, ਕਿਉਂਕਿ ਇੱਥੇ ਮਿਲਦੀ ਹੈ ਜੀ ਐਂਟਰਟੇਨਮੈਂਟ ਦੀ ਫੁੱਲ ਡੋਜ਼। ਹਾਂਜੀ, ਮੌਸਮ ਚੇਂਜ ਹੋ ਰਿਹਾ, ਤਬੀਅਤ ਬਹੁਤ ਖਰਾਬ ਹੋ ਰਹੀ ਹੈ, ਸੋ ਆਪਦਾ ਧਿਆਨ ਰੱਖੋ, ਸਟੇ ਫਿੱਟ, ਸਟੇ ਹੈਲਦੀ, ਸਤਿ ਸ਼੍ਰੀ ਅਕਾਲ।